ਜਿਸ ਜਗ੍ਹਾ ਦੇ ਉੱਤੇ ਮੈਂ ਪਹੁੰਚਿਆ ਉੱਥੇ ਇਹੀ ਕੰਮ ਸਾਡੇ ਕਿਸਾਨਾਂ ਨੇ ਕਰਕੇ ਦਿਖਾਇਆ। ਇੱਕ ਸਮਾਂ ਸੀ ਜਦੋਂ 30 ਕਿਸਾਨ ਇਕੱਠੇ ਹੋਏ, ਇੱਕ ਗਰੁੱਪ ਬਣਾਇਆ ਅਤੇ ਆਪਣੀ ਫਸਲ ਨੂੰ ਖੁਦ ਵੇਚਣ ਦਾ ਫੈਸਲਾ ਲਿਆ ਅਤੇ ਅੱਜ ਉਹਨਾਂ 30 ਕਿਸਾਨਾਂ ਦੀ ਸੰਖਿਆ 300 ਤੱਕ ਪਹੁੰਚੀ ਹੈ ਅਤੇ ਨਾਲ ਦੀ ਨਾਲ ਕਮਾਈ ਟਰਨਓਵਰ 2 ਕਰੋੜ ਰੁਪਇਆ ਸਾਲਾਨਾ ਹੋਈ ਹੈ। ਇਹ ਉਪਰਾਲੇ ਨੂੰ 30 ਕਿਸਾਨਾਂ ਤੋਂ ਪਹਿਲਾਂ ਸ਼ੁਰੂ ਕਰਕੇ ਅੱਜ 300 ਫਾਰਮਰ ਜਿਹੜਾ ਸਾਡੇ ਨਾਲ ਜੁੜਿਆ ਆ, ਬੜੇ ਅੱਛੇ ਤਰੀਕੇ ਨਾਲ ਅਸੀਂ ਇਹਦੀ ਮਾਰਕੀਟਿੰਗ ਕਰ ਰਹੇ ਹਾਂ। ਪਹਿਲੇ ਗੱਲ ਤਾਂ ਅਸੀਂ ਹਲਦੀ ਦੇ ਆ, ਹਲਦੀ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਸੀ ਪਹਿਲਾਂ, ਪਰ ਹਲਦੀ ਦੇ ਨਾਲ ਸ਼ਹਿਦ ਤਾਂ ਸ਼ਹਿਦ ਦੇ ਨਾਲ ਨਾਲ ਹੀ ਹੁਣ ਅਸੀਂ ਕੰਮ ਵਧਾਇਆ, ਉਹਦੇ ਨਾਲ ਦਾਲਾਂ ਸ਼ੁਰੂ ਕੀਤੀਆਂ, ਕੰਟਰੈਕਟ ਬੇਸ 'ਤੇ ਅਸੀਂ ਦਾਲਾਂ ਬਿਜਾਉਣੀਆਂ ਸ਼ੁਰੂ ਕੀਤੀਆਂ, ਉਹ ਮਾਰਕੀਟ 'ਚ ਉਹਨਾਂ ਦੀਆਂ ਲੈ ਕੇ ਗਾਂਹ ਮਾਰਕੀਟ 'ਚ ਵੇਚਦੇ ਹਾਂ। ਪਬਲਿਕ ਨੂੰ ਚੰਗੇ ਕਿਸਮ ਦਾ ਜਿਹੜਾ ਗੁੜ ਨਹੀਂ ਸੀ ਮਿਲ ਰਿਹਾ। ਯੂਪੀ ਵਾਲੇ ਡੇਢ ਤੁਸੀਂ ਦੇਖਦੇ ਹੋ, ਉਹ ਖੰਡ ਪਾਈ ਜਾਂਦੇ ਆ, ਸੜਿਆ ਗੰਨਾ ਜਿਹੜਾ ਲੋਕਾਂ ਨੂੰ ਦੇ ਗਿਆ, ਜਿਹੜੀ ਸਾਡੀ ਸਿਹਤ ਨਾਲ ਖਿਲਵਾੜ ਆ। ਸ਼ਹਿਦ ਹੈ ਸਾਡਾ, ਤੁਸੀਂ ਦੇਖੋ ਵਰਲਡ ਓਵਰ ਇਹ ਸ਼ਹਿਦ ਦਾ ਨਾਂ ਹੈ, ਫੈਪਰੋ ਦਾ ਸ਼ਹਿਦ ਸਾਰੀ ਦੁਨੀਆ ਪਸੰਦ ਕਰਨ ਲੱਗ ਪਈ ਹੈ। ਸਾਡੀ ਹਲਦੀ ਤੁਸੀਂ ਦੇਖ ਲਓ, ਹਲਦੀ ਨੂੰ ਰਸੋਈ 'ਚ ਜਾ ਕੇ ਰੱਖ ਲਓ, ਇੱਕ ਚਮਚਾ ਪਾਉਂਦੇ ਹਾਂ ਤਾਂ ਸਾਰੀ ਰਸੋਈ ਵੇਕੂਗੀ। ਸੋਚਿਆ ਹੀ ਹੁੰਦਾ ਵੀ ਆਪਣੇ ਵੀ ਮਾਰਕੇ ਹੋਣਗੇ, ਆਪਣੇ ਬ੍ਰਾਂਡ ਬਣਨਗੇ, ਆਪਣੇ ਬ੍ਰਾਂਡ ਵੇਚਾਂਗੇ। ਉਹ ਅਸੀਂ ਮਨ 'ਚ ਰੱਖਿਆ ਸੀ ਕਿ ਪਿਓਰਟੀ ਦੇਣੀ ਆ, ਉਹ ਕੁਝ ਮਿਲਾਵਟ ਨਹੀਂ ਕਰਨੀ, ਅਸੀਂ ਖੁਦ ਵੀ ਚੰਗਾ ਖਾਣਾ ਅਤੇ ਲੋਕਾਂ ਨੂੰ ਵੀ ਚੰਗਾ ਖਾਣਾ ਖਵਾਉਣਾ। ਸਤਿ ਸ਼੍ਰੀ ਅਕਾਲ, ਹਮਦਰਦ ਟੀ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਾਂ ਸੁਖਵਿੰਦਰ ਸਿੰਘ। ਕਹਿੰਦੇ ਨੇ ਕਿ ਚੰਗੀ ਸੋਚ ਅਤੇ ਦ੍ਰਿੜਤਾ ਦੇ ਨਾਲ ਜੇਕਰ ਇਨਸਾਨ ਮਿਹਨਤ ਕਰਦਾ ਹੈ ਤਾਂ ਫਿਰ ਉਸਨੂੰ ਅੱਗੇ ਵਧਣ ਤੋਂ ਕੋਈ ਵੀ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ। ਅੱਜ ਜਿਸ ਜਗ੍ਹਾ ਦੇ ਉੱਤੇ ਮੈਂ ਪਹੁੰਚਿਆ ਉੱਥੇ ਇਹੀ ਕੰਮ ਸਾਡੇ ਕਿਸਾਨਾਂ ਨੇ ਕਰਕੇ ਦਿਖਾਇਆ। ਇੱਕ ਸਮਾਂ ਸੀ ਜਦੋਂ 30 ਕਿਸਾਨ ਇਕੱਠੇ ਹੋਏ, ਇੱਕ ਗਰੁੱਪ ਬਣਾਇਆ ਅਤੇ ਆਪਣੀ ਫਸਲ ਨੂੰ ਖੁਦ ਵੇਚਣ ਦਾ ਫੈਸਲਾ ਲਿਆ ਅਤੇ ਅੱਜ ਉਹਨਾਂ 30 ਕਿਸਾਨਾਂ ਦੀ ਸੰਖਿਆ 300 ਤੱਕ ਪਹੁੰਚੀ ਹੈ ਅਤੇ ਨਾਲ ਦੀ ਨਾਲ ਕਮਾਈ ਟਰਨਓਵਰ 2 ਕਰੋੜ ਰੁਪਈਆ ਸਾਲਾਨਾ ਹੋਈ ਹੈ। ਸਾਡੇ ਨਾਲ ਸੁਸਾਇਟੀ ਦੇ ਪ੍ਰਧਾਨ ਸਾਹਿਬ ਮੌਜੂਦ ਨੇ, ਮੈਂਬਰ ਮੌਜੂਦ ਨੇ ਔਰ ਤਹਿਸੀਲਦਾਰ ਸਾਹਿਬ ਲਵਦੀਪ ਸਿੰਘ ਧੂਤ ਵੀ ਮੌਜੂਦ ਨੇ। ਸਾਰੀ ਗੱਲਬਾਤ ਕਰਦੇ ਹਾਂ ਕਿ ਆਈਡੀਆ ਆਇਆ ਕਿਵੇਂ ਔਰ ਇਸ ਆਈਡੀਆ ਨੂੰ ਨਿਪਰੇ ਚੜ੍ਹਿਆ ਕਿਵੇਂ। ਸਭ ਤੋਂ ਪਹਿਲਾਂ ਪ੍ਰਧਾਨ ਜੀ, ਸਾਰੇ ਕਿਸਾਨ ਵੀਰਾਂ ਨੂੰ ਸਲਾਮ ਹੈ ਕਿ ਨਾ ਸਿਰਫ ਤੁਸੀਂ ਸੋਚ ਨੂੰ ਬਦਲਿਆ ਬਲਕਿ ਪ੍ਰੈਕਟੀਕਲੀ ਉਸ ਚੀਜ਼ ਨੂੰ ਕਰਕੇ ਵੀ ਦਿਖਾਇਆ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਇਹ ਆਈਡੀਆ ਆਇਆ ਕਿਵੇਂ, ਸ਼ੁਰੂਆਤ ਕੀਤੀ ਕਿਵੇਂ ਇਸ ਕੰਮ ਦੀ। ਦੇਖੋ, ਸਭ ਤੋਂ ਪਹਿਲੇ ਸਾਡੇ ਮਨ 'ਚ ਇਹ ਸੀਗਾ ਵੀ ਜਦੋਂ ਕਿਸਾਨ ਆਪਣੀ ਚੀਜ਼ ਵੇਚਦਾ ਉਹ ਮੰਡੀ 'ਚ ਵੇਚਣ ਜਾਂਦਾ, ਸੁੱਟਣ ਜਾਂਦਾ, ਤਾਂ ਅਸੀਂ ਇਸ ਚੀਜ਼ ਨੂੰ ਰਲ ਕੇ ਜ਼ਿੰਮੇਦਾਰਾਂ ਨੇ ਸੋਚਿਆ ਵੀ ਅਸੀਂ ਇਹ ਵੇਚਣੀ ਆ ਚੀਜ਼, ਸੁੱਟਣੀ ਨਹੀਂ ਮੰਡੀ 'ਚ, ਉਹਦੀ ਮਾਰਕੀਟਿੰਗ ਦਾ ਉਪਰਾਲਾ ਜਿਹੜਾ ਅਸੀਂ ਖੁਦ ਕਰਨਾ। ਇਸੀ ਜਿਹੜੀ ਲੁੱਟ ਘਸੁੱਟ ਤੋਂ ਬਚਣ ਦੇ ਮਾਰੇ ਅਸੀਂ ਇਹ ਉਪਰਾਲਾ ਜਿਹੜਾ ਸ਼ੁਰੂ ਕੀਤਾ। ਇਹ ਉਪਰਾਲੇ ਨੂੰ 30 ਕਿਸਾਨਾਂ ਤੋਂ ਪਹਿਲਾਂ ਸ਼ੁਰੂ ਕਰਕੇ ਅੱਜ 300 ਫਾਰਮਰ ਜਿਹੜਾ ਸਾਡੇ ਨਾਲ ਜੁੜਿਆ ਆ, ਬੜੇ ਅੱਛੇ ਤਰੀਕੇ ਨਾਲ ਅਸੀਂ ਇਹਦੀ ਮਾਰਕੀਟਿੰਗ ਕਰ ਰਹੇ ਹਾਂ। ਦੇਖੋ, ਇਹਦੇ ਵਿੱਚ ਮਾਰਕੀਟਿੰਗ ਇਹਨੂੰ ਪ੍ਰੋਸੈਸ ਵੀ ਕਰਨਾ, ਪੈਦਾਵਾਰ ਵੀ ਕਰਨਾ ਔਰ ਪ੍ਰੋਸੈਸ ਵੀ ਕਰਨਾ ਔਰ ਮਾਰਕੀਟਿੰਗ ਵੀ ਕਰਨਾ, ਇਹ ਤਿੰਨੋਂ ਕੰਮ ਸਾਡੇ ਮੈਂਬਰ ਹੀ ਕਰ ਰਹੇ ਆ, ਕੋਈ ਬਾਹਰਲਾ ਬੰਦਾ ਦੂਸਰਾ ਨਹੀਂ ਕਰ ਰਿਹਾ। ਇਹ ਤਿੰਨੋਂ ਕੰਮ ਜਿਹੜਾ ਅਸੀਂ ਉਹ ਆਪਣੇ ਮੈਂਬਰਾਂ ਰਾਹੀਂ ਕਰਾ ਰਹੇ ਹਾਂ। ਕਿਹੜੀ ਕਿਹੜੀ ਫਸਲ ਕਰਦੇ ਹੋ ਜੀ ਤੁਸੀਂ ਸਾਰੀ? ਹਲਦੀ ਦੇ ਪਹਿਲੇ ਗੱਲ ਤਾਂ ਅਸੀਂ ਹਲਦੀ ਦੇ ਆ, ਹਲਦੀ ਦੀ ਪ੍ਰੋਸੈਸਿੰਗ ਸ਼ੁਰੂ ਕੀਤੀ ਸੀ ਪਹਿਲਾਂ, ਪਹਿਲੇ ਹਲਦੀ ਦੇ ਨਾਲ ਸ਼ਹਿਦ ਤਾਂ ਸ਼ਹਿਦ ਦੇ ਨਾਲ ਨਾਲ ਹੀ ਹੁਣ ਅਸੀਂ ਕੰਮ ਵਧਾਇਆ, ਉਹਦੇ ਨਾਲ ਦਾਲਾਂ ਸ਼ੁਰੂ ਕੀਤੀਆਂ, ਕੰਟਰੈਕਟ ਬੇਸ 'ਤੇ ਅਸੀਂ ਦਾਲਾਂ ਬਿਜਾਉਣੀਆਂ ਸ਼ੁਰੂ ਕੀਤੀਆਂ, ਉਹ ਮਾਰਕੀਟ 'ਚ ਉਹਨਾਂ ਦੀਆਂ ਲੈ ਕੇ ਗਾਂਹ ਮਾਰਕੀਟ 'ਚ ਵੇਚਦੇ ਹਾਂ।
ਠੀਕ ਹੈ, ਉਹ ਵੀ ਸਾਰਾ ਆਪਣਾ ਮੈਂਬਰਾਂ ਰਾਹੀਂ ਅਸੀਂ ਕਰਦੇ ਹਾਂ। ਹੁਣ ਅਸੀਂ ਜਿਹੜਾ ਨਵਾਂ ਕੰਮ ਅਸੀਂ ਸ਼ੁਰੂ ਕੀਤਾ, ਗੰਨੇ ਦੀ ਲੁੱਟ ਸੁੱਟ ਮਾਰਕੀਟ ਵਿੱਚ ਬਹੁਤ ਜ਼ਿਆਦਾ ਹੋ ਰਹੀ ਸੀ, ਪਬਲਿਕ ਨੂੰ ਚੰਗੇ ਕਿਸਮ ਦਾ ਜਿਹੜਾ ਗੁੜ ਨਹੀਂ ਸੀ ਮਿਲ ਰਿਹਾ। ਯੂਪੀ ਵਾਲੇ ਬੇਂਡੇ ਤੁਸੀਂ ਦੇਖਦੇ ਹੋ, ਉਹ ਖੰਡ ਪਾਈ ਜਾਂਦੇ ਆ, ਸੜਿਆ ਗੰਨਾ ਜਿਹੜਾ ਲੋਕਾਂ ਨੂੰ ਦੇ ਜਾ, ਜਿਹੜੀ ਸਾਡੀ ਸਿਹਤ ਨਾਲ ਖਿਲਵਾੜ ਆ। ਅਸੀਂ ਉਹਨਾਂ ਨੂੰ ਡਿਪਾਰਟਮੈਂਟ ਰਾਹੀਂ ਵੀ ਉਹਨਾਂ ਨੂੰ ਬੇਨਤੀ ਕੀਤੀ ਤੁਸੀਂ ਇਹ ਕੰਮ ਬੰਦ ਕਰੋ। ਉਹ ਬੰਦ ਹੋਣ ਦੀ ਬਜਾਏ ਉਹ ਕੰਮ ਵਧਿਆ ਘਟਿਆ ਨੇ। ਅਸੀਂ ਸੋਚਿਆ ਵੀ ਇਹਨੂੰ ਕੰਮ ਨੂੰ ਅਸੀਂ ਅੱਛੇ ਤਰੀਕੇ ਨਾਲ ਕਰਾਂਗੇ ਤਾਂ ਅਸੀਂ ਉਹ ਤੋਂ ਲੋਕ ਚਾ ਸਕਣਗੇ। ਅਸੀਂ ਇਸ ਉਪਰਾਲੇ ਨੂੰ ਦੇ ਤਹਿਤ ਅਸੀਂ ਇਹ ਬੇਲਣਾ ਜਿਹੜਾ ਲਾਇਆ। ਅੱਜ ਤੁਸੀਂ ਇਹ ਬੇਲਣਾ ਜਿਹੜਾ ਤੁਸੀਂ ਦੇਖ ਰਹੇ ਹੋ, ਆਪਣੀ ਟੀਮ ਨੂੰ ਕਹੂੰਗਾ ਕਿ ਉਹ ਤਸਵੀਰਾਂ ਨਾਲ ਦੀ ਨਾਲ ਜ਼ਰੂਰ ਦਿਖਾਉਣ। ਇਹ ਬੜਾ ਹਾਈਟੈਕ ਬੇਲਣਾ, ਮੈਂ ਪਹਿਲੀ ਵਾਰੀ ਬੇਲਣਾ ਦੇਖਿਆ ਇਸ ਤਰੀਕੇ ਦਾ ਸਿਸਟਮ, ਪਹਿਲੀ ਵਾਰ ਦੇਖਿਆ। ਕਿੱਥੋਂ ਇਹ ਲਿਆਂਦਾ ਸਾਰਾ ਪ੍ਰੋਜੈਕਟ? ਇਹ ਸਾਨੂੰ ਜਿਹੜਾ ਡਿਪਾਰਟਮੈਂਟ ਐਗਰੀਕਲਚਰ ਯੂਨੀਵਰਸਿਟੀ ਸਾਇੰਸ ਐਂਡ ਟੈਕਨੋਲੋਜੀ ਜਿਹੜੀ ਆ ਡਿਪਾਰਟਮੈਂਟ ਜਿਹੜਾ ਚੰਡੀਗੜ੍ਹ ਵਾਲੇ, ਉਹਨਾਂ ਦੇ ਸਹਿਯੋਗ ਨਾਲ ਭਾਰਤ ਸਰਕਾਰ ਨੇ ਦਿੱਤਾ। ਇੱਕ ਮੈਂ ਦੇਖ ਰਿਹਾ ਸੀਗਾ ਵਾਈਬ੍ਰੇਸ਼ਨ ਕਰ ਰਹੀ ਸੀਗੀ ਮਸ਼ੀਨ, ਉਹਦੇ ਨਾਲ ਬੜਾ ਜਿਹੜਾ ਨਿੱਤਰ ਕੇ ਪਰਲੇ ਪਾਸੇ। ਹਾਂ ਬਾਈ, ਉਹ ਦੇਖੋ ਇਹ ਜਿਹੜੀ ਰਸ ਆ ਉੱਥੋਂ ਵੇਲਣੇ ਦੇ ਰਸ ਵੱਲੋਂ ਨਿਕਲਦੀ ਆ, ਦੋ ਟਾਈਮ ਫਿਲਟਰ ਦੇ ਉੱਤੇ ਲੱਗੇ ਹੋ, ਸਟੀਲ ਦੇ ਫਿਲਟਰ ਜਾਲੀਆਂ ਲੱਗੀਆਂ, ਉਸ ਤੋਂ ਬਾਅਦ ਇਹ ਰਸ ਇੱਥੇ ਆਉਂਦੀ ਆ। ਇੱਥੇ ਆ ਕੇ ਇੱਥੇ ਵੀ ਫਿਲਟਰ ਹੁੰਦੀ ਆ, ਤਿੰਨ ਟਾਈਮ ਫਿਲਟਰ ਹੁੰਦੀ ਆ, ਦੋ ਟਾਈਮ ਉੱਥੇ, ਤਿੰਨ ਟਾਈਮ ਉੱਥੇ। ਉਹ ਥੱਲੇ ਵਾਈਬ੍ਰੇਟਰ ਇਹ ਕੰਮ ਕਰਦਾ ਪਈ, ਉਹਨੂੰ ਰਸ ਨੂੰ ਪੁਣਦਾ ਪਿਆ, ਪੁਣ ਕੇ ਜਿਹੜੇ ਚੰਗੀ ਰਸ ਆ ਉਹ ਡਰੰਮ 'ਚ ਚੱਲ ਜਾਂਦੀ ਆ, ਅਤੇ ਜਿਹੜੇ ਮਤਲਬ ਕਾਣ ਬੰਦੇ ਵਾਧੂ ਘਾਟੂ ਉਹ ਇੱਧਰ ਆ ਜਾਂਦੇ ਆ। ਇਸ ਤੋਂ ਜਾਣ ਤੋਂ ਬਾਅਦ ਉੱਥੇ ਜਦੋਂ ਰਸ ਇਕੱਠੀ ਹੋ ਜਾਂਦੀ ਆ, ਮੋਟਰ ਅਸੀਂ ਚੱਕ ਕੇ ਅਸੀਂ ਉੱਥੇ ਉੱਪਰ ਪਹੁੰਚਾ ਦਿੰਦੇ ਕੜਾਹ ਵਿੱਚ ਕਰਕੇ ਗੁੜ ਤੋਂ ਸ਼ੱਕਰ ਬਣਦੀ ਹੈ। ਅੱਛਾ, ਮੈਨੂੰ ਦੱਸੋ ਜਦੋਂ 30 ਕਿਸਾਨ ਇਕੱਠੇ ਹੋਏ ਸੀਗੇ ਉਦੋਂ ਰਾਜੀ ਹੋ ਗਏ ਸੀ ਕਿਸਾਨ? ਕਿਉਂਕਿ ਸਭ ਤੋਂ ਵੱਡੀ ਮਾਰਨਾ ਕਿਸਾਨੀ ਦੇ ਵਿੱਚ ਇਹੀ ਹੈ ਵੀ ਆਪਣੀ ਫਸਲ ਵਾਕਿਆ ਤੁਸੀਂ ਕਿਹਾ ਵੀ ਸੁੱਟ ਕੇ ਆਈ ਦੀ ਹੈ, ਵੇਚਦੇ ਨਹੀਂ ਅਸੀਂ, ਤਾਂ ਉਦੋਂ ਇੱਕ ਤਾਂ ਆਈਡੀਆ ਵੱਖਰਾ ਸੀ, ਫਿਰ ਲਾਲਿਆਂ ਵਾਲੇ ਕੰਮ ਵੀ ਆਪ ਕਰਨੇ ਸੀਗੇ, ਵਿਧੀ ਵੀ ਨਹੀਂ ਆਉਂਦੀ ਹੋਊਗੀ, ਇਹ ਤਾਂ ਹਰ ਕੰਮ 'ਤੇ ਕਹਿੰਦੇ ਟ੍ਰੇਨਿੰਗ ਨਾਲ। ਇਹਦੇ ਵਿੱਚ ਸਾਨੂੰ ਡਿਪਾਰਟਮੈਂਟ ਐਗਰੀਕਲਚਰ ਡਿਪਾਰਟਮੈਂਟ, ਹੋਰਟੀਕਲਚਰ ਡਿਪਾਰਟਮੈਂਟ, ਪੰਜਾਬ ਯੂਨੀਵਰਸਿਟੀ, ਖੇਤੀਬਾੜੀ ਯੂਨੀਵਰਸਿਟੀ ਜਿਹੜੀ ਆਪਣੀ ਲੁਧਿਆਣਾ ਵਾਲਿਆਂ ਨੇ ਬਹੁਤ ਸਾਥ ਦਿੱਤਾ। ਅਸੀਂ ਉਹਨਾਂ ਕੋਲੋਂ ਟ੍ਰੇਨਿੰਗ ਲੈ ਕੇ ਲਖਨਊ ਗਏ, ਲਖਨਊ ਜਾ ਕੇ ਟ੍ਰੇਨਿੰਗ ਲਈ ਵੀ ਗੁੜ ਕਿਸ ਤਰ੍ਹਾਂ ਬਣਾਉਣਾ, ਉਹਦੇ ਚੁੱਭੇ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ, ਉਹ ਪੁਰਾਣੀ ਪਰੰਪਰਾ ਵੀ ਨੂੰ ਨਵੀਂ ਤਕਨੀਕ ਦੇ ਨਾਲ ਅਸੀਂ ਦਿੱਤੀ ਆ। ਠੀਕ ਆ, ਤੁਸੀਂ ਅੱਜ ਤੁਸੀਂ ਵੇਲਣਾ ਦੇਖ ਰਹੇ ਹੋ, ਉਸ ਤੋਂ ਬਾਅਦ ਚੁੱਭੇ ਦੇਖ ਰਹੇ ਹੋ, ਇਹਦੀ ਰਸ ਜਿਹੜੀ ਆ ਤਾਜ਼ਾ ਗੰਨਾ ਛਿਲ ਕੇ ਆਉਂਦਾ, ਤਾਜ਼ਾ ਅਸੀਂ ਉਹਨੂੰ ਪੀੜ ਕੇ ਉਸੇ ਦਿਨ ਅਸੀਂ ਬਣਾ ਕੇ ਇਹਨੂੰ ਸੇਲ ਕਰਦੇ ਹਾਂ। ਅੱਛਾ, ਜਦੋਂ 30 ਕਿਸਾਨਾਂ ਨੇ ਸ਼ੁਰੂ ਕੀਤਾ ਸੀ, ਕਿੰਨੇ ਕੁ ਪੈਸੇ ਉਦੋਂ ਇਨਵੈਸਟ ਕੀਤੇ ਸੀਗੇ ਆਪਣੇ ਤੌਰ ਦੇ ਉੱਤੇ? ਅਸੀਂ ਜਦੋਂ ਮੈਂਬਰਾਂ ਨੇ ਸ਼ੁਰੂ ਕੀਤਾ, ਥੋੜ੍ਹੇ ਥੋੜ੍ਹੇ ਪੈਸੇ ਪਾਤੇ, 1000 ਰੁਪਇਆ ਸਾਰਿਆਂ ਨੇ ਪਾਇਆ ਸੀਗਾ। ਉਹ ਪਾਉਣ ਤੋਂ ਬਾਅਦ ਅਸੀਂ ਜਿਹੜਾ ਸਾਨੂੰ ਡਿਪਾਰਟਮੈਂਟ ਨੇ ਹੈਲਪ ਦਿੱਤੀ, ਉਹਦੇ ਨਾਲ ਦੇ ਨਾਲ ਜਦੋਂ ਥੋੜ੍ਹੇ ਥੋੜ੍ਹੇ ਨਾਲ ਪਬਲਿਕ ਵੀ ਜੁੜਦੀ ਰਹੀ, ਤੁਸੀਂ ਸਾਨੂੰ ਪਿੰਡ ਕੁਕਿਆਲ ਦੀ ਪੰਚਾਇਤ ਨੇ ਪਹਿਲਾਂ ਕੰਗਮਾਲੀ ਵਾਲਿਆਂ ਨੇ ਸਾਨੂੰ ਦਿੱਤਾ ਸੀਗਾ, ਉਹ ਰਜਿਸਟਰਡ ਹੋਣ ਤੋਂ ਬਾਅਦ ਕੁਕਿਆਲ ਦੀ ਪੰਚਾਇਤ ਨੇ ਸਾਨੂੰ ਇਹ ਜ਼ਮੀਨ ਦਿੱਤੀ। ਕੁਕਿਆਲ ਦੇ ਪੰਚਾਇਤ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਹਨਾਂ ਸਾਨੂੰ ਇਹ ਪੂਰਾ ਜ਼ਮੀਨ ਆਪਣੀ ਆ ਇੱਥੇ ਦਿੱਤੀ ਹੈ, ਇੱਥੇ ਪ੍ਰੋਜੈਕਟ ਲਾਉਣ ਵਾਸਤੇ ਦਿੱਤਾ। ਵੱਖ ਵੱਖ ਸਕੀਮਾਂ ਰਾਹੀਂ ਅਸੀਂ ਜਿਹੜਾ ਸਾਨੂੰ ਪ੍ਰੋਜੈਕਟ ਮਿਲ ਗਿਆ। ਜਿਹੜਾ ਜਿੱਦਾਂ ਮੁਨਾਫਾ ਆ ਰਿਹਾ, ਫਸਲ ਕਿਹੜੇ ਭਾਅ ਦੇ ਉੱਤੇ, ਜਿਵੇਂ ਬਾਹਰ ਫਸਲ ਵੇਚ ਰਹੀ ਹੈ, ਜੇ ਹਲਦੀ ਦਾ ਭਾਅ ਬਾਹਰ ਕਿੰਨੇ ਆ ਤਾਂ ਤੁਸੀਂ ਕਿੰਨਾ ਦੇ ਰਹੇ ਹੋ ਆਪਣੇ ਕਿਸਾਨਾਂ ਨੂੰ, ਆਪਣੀ ਟੀਮ ਨੂੰ ਕਿੰਨਾ ਮੁੱਲ ਦੇ ਰਹੇ ਹੋ, ਕੋਈ ਫਰਕ ਹੈਗਾ ਵੀ ਉਹ ਮੁਨਾਫਾ ਵੱਧ ਮਿਲ ਰਿਹਾ? ਬਹੁਤ ਫਰਕ ਆ, ਅਸੀਂ 1500 ਰੁਪਏ ਕੁਇੰਟਲ ਦੇ ਹਿਸਾਬ ਨਾਲ ਹਲਦੀ ਖਰੀਦ ਰਹੇ ਹਾਂ, ਔਰ ਜ਼ਿਮੀਂਦਾਰਾਂ ਜਿਹੜੀ ਹਲਦੀ ਦੇ ਰਹੇ ਹਾਂ ਅਸੀਂ ਸੀਡ ਵਾਸਤੇ, ਉਹ 3000 ਰੁਪਏ ਕੁਇੰਟਲ ਅਸੀਂ ਦੇ ਰਹੇ ਹਾਂ, ਜਿਹੜੇ ਕਿ ਮਾਰਕੀਟ ਵਿੱਚ 4000 ਤੋਂ 5000 ਰੁਪਏ ਦਾ ਉਹਦਾ ਰੇਟ ਆ। ਅਸੀਂ ਮਾਰਕੀਟ ਨਾਲੋਂ ਸਸਤੀ ਵੀ ਦੇ ਰਹੇ ਹਾਂ, ਤਾਂ ਜ਼ਿਮੀਂਦਾਰ ਦਾ ਵੀ ਫਾਇਦਾ ਹੋ ਰਿਹਾ, ਨਾਲੇ ਨਾਲ ਉਹਨੂੰ ਜਿਹੜਾ ਜ਼ਿਮੀਂਦਾਰ ਨੂੰ ਬਿਜਾਈ ਕਰ ਰਹੀ ਆ ਉਹਨੂੰ ਵੀ ਫਾਇਦਾ ਹੋ ਰਿਹਾ। ਡਿਪਾਰਟਮੈਂਟ ਹਾਰਟੀਕਲਚਰ ਜਿਹੜਾ ਉਹ ਇਹਦੇ 'ਤੇ ਸਬਸਿਡੀ ਵੀ ਦੇ ਰਿਹਾ,
ਇਸ ਸਾਲ ਜਿਹੜਾ ਜ਼ਿਮੀਂਦਾਰ ਹਲਦੀ ਬੀਜੂਗਾ ਉਹਨੂੰ ਹਲਦੀ ਬੀਜਣ ਉੱਤੇ ਸਬਸਿਡੀ ਵੀ ਮਿਲੂਗੀ। ਕਿੰਨੀ ਹਲਦੀ ਤੁਸੀਂ ਇੱਕ ਸੀਜ਼ਨ ਦੇ ਵਿੱਚ ਕਿੰਨੀ ਕੁ ਹਲਦੀ ਦਾ ਜਿਹੜਾ ਪ੍ਰੋਸੈਸ ਕਰਦੇ ਹੈਗੇ ਹੋ? ਅਸੀਂ ਕੋਈ 2000 ਕੁਇੰਟਲ ਤੋਂ ਲੈ ਕੇ 3000 ਜਿਹੜੀ ਹਲਦੀ ਪ੍ਰੋਸੈਸ ਕਰ ਦਿੰਦੇ ਆ। ਸ਼ਹਿਦ ਜਿਹੜਾ ਉਹ ਸਾਡਾ ਉਹ ਕਾਫੀ ਮਾਤਰਾ ਵਿੱਚ ਕਿੰਨੇ ਕੁਇੰਟਲ ਦੇ ਕਰੀਬ ਆ ਜਾਂਦੇ ਆ? 200 ਕੁਇੰਟਲ ਦੇ ਕਰੀਬ ਜਿਹੜਾ ਸ਼ਹਿਦ ਸਾਡਾ ਆ ਜਾਂਦਾ। ਆਪਣਾ ਮਾਰਕਾ ਲਾ ਕੇ ਆਪੇ ਪ੍ਰੋਸੈਸ ਕਰਕੇ ਆਪ ਵੇਚਣਾ? ਹਾਂ ਬਿਲਕੁਲ, ਅਸੀਂ ਸ਼ਹਿਦ ਨੂੰ ਆਪਣੇ ਮੈਂਬਰਾਂ ਤੋਂ ਲੈਂਦੇ ਹਾਂ, ਲੈ ਕੇ ਉਹਨੂੰ ਪ੍ਰੋਸੈਸ ਕਰਕੇ ਆਪਣਾ ਮਾਰਕਾ ਲਾ ਕੇ ਵੇਚਦੇ ਹਾਂ। ਅਸੀਂ ਪੰਜਾਬ ਐਗਰੋ ਨੂੰ ਵੀ ਮਤਲਬ ਸਪਲਾਈ ਕਰਦੇ ਹਾਂ ਔਰ ਪੰਜਾਬ ਮਾਰਕੀਟ ਨੂੰ ਵੀ ਸਪਲਾਈ ਕਰਦੇ ਹਾਂ। ਇੱਥੇ ਕਿੱਥੇ ਜਾ ਰਿਹਾ ਜੀ ਮਾਲ ਹੁਣ ਤੱਕ? ਸਾਡਾ ਇੱਥੇ ਲੋਕ ਵਿਦੇਸ਼ਾਂ ਵਿੱਚ ਲੈ ਕੇ ਜਾਂਦੇ ਆਪਣੇ ਰਿਸ਼ਤੇਦਾਰਾਂ ਦੇ, ਆਪਣੇ ਲਈ ਖੁਦ ਵੀ ਜਦੋਂ ਸ਼ਹਿਦ ਆ ਬਾਹਰ ਵੀ ਜਾ ਰਿਹਾ, ਉਹ ਲੋਕ ਆਪਣੇ ਬਾਹਰ ਲਿਜਾ ਕੇ ਆਪਣੇ ਰਿਸ਼ਤੇਦਾਰਾਂ ਜਾਂ ਆਪਣੇ ਵਰਤਣ ਵਾਸਤੇ ਲੈ ਰਹੇ ਆ। ਅੱਛਾ, ਵਾਈਸ ਪ੍ਰਧਾਨ ਵੀ ਨਾਲ ਨੇ। ਪ੍ਰਧਾਨ ਜੀ, ਜਦੋਂ ਕਿਸਾਨ ਫਸਲ ਸਿੱਟਦਾ ਆਪਾਂ ਬਾਹਰ ਦੇਖਦੇ ਹਾਂ ਵੀ ਗੰਨੇ ਦੀਆਂ ਮਿੱਲਾਂ ਦੇ ਬਾਹਰ ਧਰਨਾ ਲੱਗਦਾ ਅਤੇ ਫਿਰ ਜਾ ਕੇ ਪੇਮੈਂਟ ਥੋੜ੍ਹੀ ਬਹੁਤ ਆਉਂਦੀ ਹੈ, ਫਿਰ ਬਾਕੀ ਫਸੀ ਰਹਿ ਜਾਂਦੀ ਹੈ। ਇੱਥੇ ਪੇਮੈਂਟ ਦਾ ਭੁਗਤਾਨ ਕਿਸਾਨਾਂ ਨੂੰ ਫਿਰ ਕਦੋਂ ਅਤੇ ਕਿਸ ਸਿਸਟਮ ਦੇ ਵਿੱਚ? ਸਾਡੇ ਇੱਥੇ ਬਹੁਤ ਪਾਰਦਰਸ਼ਤਾ, ਕਿਉਂਕਿ ਅਸੀਂ ਪਹਿਲਾਂ ਹੀ ਹਾਂ ਵੀ ਕਿਸਾਨ ਨੂੰ ਜਿੱਦਾਂ ਮਜ਼ਦੂਰ ਨੂੰ ਕਿਹਾ ਗਿਆ ਨਾ ਵੀ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਦੀ ਜਿਹੜਾ ਮਿਹਨਤਾਂ ਨਾਲ ਮਿਲਣਾ ਚਾਹੀਦਾ, ਉਸੇ ਤਰ੍ਹਾਂ ਸਾਡਾ ਵੀ ਆ ਵੀ ਕਿਸਾਨ ਆ ਕੇ ਸੁੱਟਦਾ ਇੱਥੇ, ਜਦੋਂ ਗੰਨਾ ਛੱਡ ਕੇ ਜਾਂਦਾ ਉਹ ਤੋਂ ਵਿਦਨ 1 ਵੀਕ ਅਸੀਂ ਉਹਨਾਂ ਨੂੰ ਪੇਮੈਂਟ ਦੇ ਦਿੰਦੇ ਹਾਂ। ਕੋਈ ਧਰਨਾ ਨਹੀਂ ਅਤੇ ਕੋਈ ਕੁਛ ਨਹੀਂ, ਔਰ ਪੂਰੀ ਜੋ ਮਿਲ ਕੀਮਤ ਦਿੰਦੀ ਉਹੀ ਕੀਮਤ ਅਸੀਂ ਇੱਥੇ ਦਿੰਦੇ ਹਾਂ। ਦੇ ਕੇ ਫਸਟ ਕਲਾਸ ਤੁਹਾਡੇ ਸਾਹਮਣੇ ਆ, ਹਾਈ ਟੈਕਨੀਕ ਦੇ ਨਾਲ ਗੰਨਾ ਸਾਫ਼ ਗੰਨਾ ਲੈਣਾ, ਫਿਰ ਉਹਦੇ ਪਿਓਰਿਟੀ, ਆਹ ਦੇਖੋ ਇੱਧਰ ਤੁਸੀਂ ਕਿਵੇਂ ਸਾਡੇ ਜਾਲੀਆਂ ਲੱਗੀਆਂ, ਕੋਈ ਘਟਾ ਨਹੀਂ, ਕੋਈ ਮਿੱਟੀ ਨਹੀਂ, ਕੋਈ ਅਡਲਟਰੇਸ਼ਨ ਨਹੀਂ। ਸਾਡਾ ਇਸ ਫੈਪਰੋ ਸੰਸਥਾ ਦਾ ਇੱਕੋ ਹੀ ਮਿਸ਼ਨ ਆ ਵੀ ਪਿਓਰਿਟੀ ਇਨ ਆਲ ਈਟੇਬਲਸ, ਸਾਰੀਆਂ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਪਿਓਰ ਹੋਣੀਆਂ ਚਾਹੀਦੀਆਂ। ਸ਼ਹਿਦ ਆ ਸਾਡਾ, ਤੁਸੀਂ ਦੇਖੋ ਵਰਲਡ ਓਵਰ ਸ਼ਹਿਦ ਦਾ ਨਾਂ ਆ, ਫੈਪਰੋ ਦਾ ਸ਼ਹਿਦ ਸਾਰੀ ਦੁਨੀਆ ਪਸੰਦ ਕਰਨ ਲੱਗ ਪਈ ਆ। ਹੁਣ ਅਸੀਂ ਇੱਥੇ ਆਊਟਲੈਟ ਬਾਹਰ ਲੱਗੇ ਬਣਾਉਣ, ਜੋ ਪੂਰਾ ਇੰਡੀਆ ਇੱਥੋਂ ਲੰਘਦਾ ਲੋਕ ਇੱਥੋਂ ਲੈ ਕੇ ਜਾਇਆ ਕਰਨਗੇ, ਕਿਉਂਕਿ ਸਾਡੇ ਅੰਦਰ ਥੋੜ੍ਹਾ ਪਤਾ ਨਹੀਂ ਲੱਗਦਾ, ਲੋਕ ਲੱਭਦੇ ਆ ਵੀ ਫੈਪਰੋ ਕਿੱਥੇ ਆ। ਪਰ ਉਹਨਾਂ ਨੂੰ ਫਿਰ ਅਸੀਂ DC ਮੈਡਮ ਆਏ ਸੀ ਸਾਡੇ, ਇਹ ਧੂਤ ਸਾਹਿਬ ਖੜ੍ਹੇ ਆ, ਇਹਨਾਂ ਨੇ ਅਫੀਸਰ ਸਾਹਿਬਾਨ ਨੇ ਗਵਰਨਮੈਂਟ ਵੱਲੋਂ ਸਾਨੂੰ ਬੜਾ ਇਹਨਾਂ ਨੇ ਹੁਲਾਰਾ ਦਿੱਤਾ ਵੀ ਤੁਸੀਂ ਆਪਣਾ ਆਊਟਲੈਟ ਜਿਹੜਾ ਉਹ ਬਾਹਰ ਰੋਡ ਦੇ ਵਿੱਚ ਮੇਨ ਰੋਡ 'ਤੇ ਆਊਟਲੈਟ ਖੋਲ੍ਹੋ, ਤਾਂ ਜੋ ਲੋਕ ਚੰਗੀਆਂ ਚੀਜ਼ਾਂ ਜਿਹੜੀਆਂ ਨੋਮੀਨਲ ਕੀਮਤ 'ਤੇ ਲੈ ਸਕਣ, ਕਿਉਂਕਿ ਅੱਜ ਇੱਕ ਸਮੱਸਿਆ ਬਹੁਤ ਵੱਡੀ ਆ, ਹਰ ਚੀਜ਼ ਦੇ ਵਿੱਚ ਮਿਲਾਵਟ ਹੈ, ਹਰ ਚੀਜ਼ 'ਚ ਮਿਲਾਵਟ ਆ। ਕੁਛ ਇਹੋ ਜਿਹੀਆਂ ਸੰਸਥਾਵਾਂ ਜਿਹੜੀਆਂ ਜਿਵੇਂ ਸਾਡੀ ਆ, ਸਾਡਾ ਇਹ ਮਿਸ਼ਨ ਹੀ ਆ ਕਿ ਅਸੀਂ ਆਪ ਖਰੀਦਣੀ ਔਰ ਆਪ ਉਹਨਾਂ ਨੂੰ ਦੱਸਣਾ ਵੀ ਜ਼ਿਆਦਾ ਖਾਦਾ ਨਾ ਪਾਓ, ਜ਼ਿਆਦਾ ਸਪਰੇਅ ਨਾ ਕਰੋ, ਔਰ ਪਿਓਰ ਚੀਜ਼ ਲੈ ਕੇ, ਦਾਲਾਂ ਹੋਈਆਂ, ਸ਼ਹਿਦ ਜਿਵੇਂ ਆ, ਸ਼ਹਿਦ ਇੱਥੇ ਸਾਡੇ ਕਿਉਂਕਿ ਫਲੋਰਾ ਬੜਾ ਆ, ਇੱਥੇ ਲੀਚੀ ਦੇ ਬਾਗ ਵੀ ਆ, ਕਿਨੂੰ ਦੇ ਬਾਗ ਵੀ ਆ, ਸ਼ਹਿਦ ਵੀ ਜਿਹੜਾ ਟੋਪ ਦਾ ਕੰਢੀ ਏਰੀਏ ਦੇ ਵਿੱਚ ਜਿਹੜਾ ਹੈ ਨਾ ਉਹ ਟੋਪ, ਉਸ ਸ਼ਹਿਦ ਦੀ ਵੀ ਸਾਡੀ ਗਰੰਟੀ ਆ ਵੀ ਜਿੱਥੇ ਵੀ ਇਹ ਸ਼ਹਿਦ ਜਾਊਗਾ ਉਹ ਲੋਕ ਪਸੰਦ ਕਰਦੇ। ਸਾਡੀ ਹਲਦੀ ਤੁਸੀਂ ਦੇਖ ਲਓ, ਹਲਦੀ ਨੂੰ ਰਸੋਈ 'ਚ ਜਾ ਕੇ ਰੱਖ ਲਓ, ਇੱਕ ਚਮਚਾ ਪਾਉਂਦੇ ਹਾਂ ਤਾਂ ਸਾਰੀ ਰਸੋਈ ਵੇਕੂਗੀ ਵੀ ਵਾਕਿਆ ਹਲਦੀ ਫੈਪਰੋ ਵਾਲਿਆਂ ਦੀ ਆ। ਸੋ ਕਿਉਂਕਿ ਹਲਦੀ ਦੇ ਵਿੱਚ ਬੜਾ ਰਲਾ, ਕਾਚਨੀ ਤੱਕ ਪਾਉਂਦੇ ਆ, ਦੇਖੋ ਲੋਕਾਂ ਦੀ ਸਿਹਤ ਨਾਲ ਕਿੰਨਾ ਖਿਲਵਾੜ ਆ। ਪਰ ਅਸੀਂ ਇਹ ਆ ਵੀ ਇੱਥੇ ਪਿਓਰ ਚੀਜ਼ ਲੈਣੀ ਆ, ਦੇਖੋ ਹੁਣ ਆ ਸਾਡੇ ਆ ਢੇਰ ਲੱਗੇ ਆ, ਦਿਖਾਓ ਤੁਸੀਂ ਇਹ ਸਾਰੇ ਢੇਰ ਆ, ਅਸੀਂ ਇਹ ਲੋਕਾਂ ਨੂੰ ਦੇਣਾ ਸੀਡ, ਟੋਪ ਦਾ ਸੀਡ ਦੇਣਾ, ਮੁੜ ਕੇ ਆਪ ਲੈਣਾ ਉਹਨੂੰ ਧੋਣ ਲਈ। ਉਹ ਦੇਖੋ ਸਾਡੇ ਕੋਲ ਬੜੀ ਵਧੀਆ ਮਸ਼ੀਨਰੀ ਗਵਰਨਮੈਂਟ ਆਫ ਇੰਡੀਆ ਵੱਲੋਂ ਮਿਲੀ ਆ, ਉਹਦੇ ਵਿੱਚ ਭਾਫ ਦੇ ਨਾਲ ਉਹਦੀ ਸਫਾਈ ਕਰਨੀ, ਫਿਰ ਉਹਦੀ ਜਿਹੜੀ ਛਿੱਲ ਲਾਉਣੀ, ਫਿਰ ਉਹਦਾ ਜਦੋਂ ਗੱਠੀ ਨੂੰ ਐਨ ਬਣ ਜਾਣੀ ਆ ਵੀ ਜਦੋਂ ਵਿੱਚ ਕੋਈ ਸਮੱਸਿਆ ਨਹੀਂ ਉਸ ਵੇਲੇ ਉਹਦੀ ਪਿਸਾਈ ਹੋਣੀ, ਪਿਸਾਈ ਹੋ ਕੇ ਫਿਰ ਉਹਨੂੰ ਪੈਕਟਾਂ 'ਚ ਬੰਦ ਕਰਨਾ, ਫਿਰ ਸੇਲ ਲਈ ਦੇਣਾ। ਸੋ ਇਸ ਕਰਕੇ ਅਸੀਂ, ਸਾਡਾ ਮੇਨ ਇਹੋ ਹੀ ਆ ਵੀ ਇੱਥੇ ਜੋ ਵੀ ਚੀਜ਼ ਆ ਨਾ
ਉਹ ਪਿਓਰ ਲੋਕਾਂ ਤੱਕ ਜਾਵੇ। ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਹਾਂ, ਕਿਸਾਨਾਂ ਨੂੰ ਵੀ ਬੀਜਣ, ਦਾਲਾਂ ਵੀ ਬੀਜਣ, ਸਾਡੇ ਨਾਲ ਕੰਟੈਕਟ ਕਰਕੇ ਇੱਥੋਂ ਉਹ ਦਾਲਾਂ ਬੀਜਣ, ਫਿਰ ਉਹਨਾਂ ਦੀਆਂ ਦਾਲਾਂ ਲਵਾਂਗੇ। ਪਰ ਕੁਆਲਿਟੀ ਜਿਹੜੀ ਆ ਉਹ ਅਸੀਂ ਕੁਆਲਿਟੀ ਚੈੱਕ ਜ਼ਰੂਰੀ ਕਰਦੇ ਹਾਂ। ਟਰਨਓਵਰ ਕਿੰਨੀ ਹੈਗੀ ਆ ਹੁਣ, ਜਿਵੇਂ ਮੈਂ ਤੁਹਾਨੂੰ ਦੱਸੀ ਦੇਣੀ ਪੂਰੀ ਟਰਨਓਵਰ ਸਾਡੀ 2 ਕਰੋੜ ਰੁਪਏ ਦੀ, 2 ਕਰੋੜ ਰੁਪਏ ਦੀ ਟਰਨਓਵਰ ਜਿਹੜੀ ਹੈ ਨਾ ਉਹ ਸਾਲਾਨਾ ਸਾਡੀ ਹੈਗੀ ਆ। ਅਤੇ ਇਹ ਹੋਰ ਵੀ ਵਧੂਗੀ, ਇਹ ਵਧੂਗੀ ਕਿਉਂਕਿ ਜਿਵੇਂ ਜਿਵੇਂ ਗਵਰਨਮੈਂਟ ਬੜੀ ਸਾਡੀ ਹੈਲਪਫੁਲ ਹੈ ਇਸ ਵੇਲੇ। ਆਹ ਜਿਹੜਾ ਆ ਸਾਇੰਸ ਐਂਡ ਟੈਕਨੋਲੋਜੀ ਗਵਰਨਮੈਂਟ ਦਾ ਪੱਖ ਵੀ ਮੈਂ ਤੂਸਾ ਵੀ ਨਾਲ ਕਰਨਾ। ਤੂਸਾ ਸਰਕਾਰ ਨੇ ਤਾਂ ਸਕੀਮਾਂ ਦੇਣੀਆਂ ਨੇ, ਪਰ ਪ੍ਰੈਕਟੀਕਲੀ ਤਾਂ ਆਪ ਕਰਨਾ ਪਊ, ਆਪ ਚੀਜ਼ਾਂ ਨੂੰ ਅਪਣਾਉਣਾ ਪਊ, ਚੀਜ਼ਾਂ ਨੂੰ ਸਮਝਣਾ ਪਊਗਾ। ਕਿਵੇਂ ਦੇਖਦੇ ਹੋ ਇਸ ਉਪਰਾਲੇ? ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਚੀਜ਼ਾਂ ਨੂੰ ਅਡੋਪਟ ਸਾਨੂੰ ਖੁਦ ਨੂੰ ਕਰਨਾ ਪਏਗਾ। ਅਤੇ ਉਸਦੀ ਇੱਕ ਬੜੀ ਜਿਉਂਦੀ ਮਿਸਾਲ ਇਹ ਫੈਪਰੋ ਯੂਨਿਟ ਹੈਗੀ, ਜਿੱਥੇ ਕਿਸਾਨਾਂ ਨੇ ਆਤਮ ਨਿਰਭਰ ਹੋਣ ਲਈ ਲਗਭਗ 25 ਸਾਲ ਪਹਿਲਾਂ ਇਸ ਦਾ ਚੀਜ਼ ਦਾ ਗਠਨ ਕੀਤਾ। ਅਤੇ ਅੱਜ ਅਸੀਂ ਉਹਦਾ ਨਤੀਜਾ ਦੇਖਦੇ ਹਾਂ ਕਿ ਆਪ ਇਹ ਜਿਹੜੇ ਕਿਸਾਨਾਂ ਦੀ ਯੂਨਿਟ ਪੂਰੀ ਤਰ੍ਹਾਂ ਆਤਮ ਨਿਰਭਰ ਹੈ ਅਤੇ ਅੱਗੇ ਤੋਂ ਅੱਗੇ ਵੱਧਦੀ ਜਾ ਰਹੀ ਹੈ। ਪਿਛਲੇ ਦਿਨੀ ਇੱਥੇ ਇਸ ਗੁੜ ਦੇ ਵਿੱਚ ਜਿਹੜਾ ਗੁੜ ਦਾ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ ਸ਼੍ਰੀਮਤੀ ਕੋਮਲ ਮਿੱਤਲ IAS ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਵੱਲੋਂ ਕੀਤਾ ਗਿਆ। ਇਸ ਯੂਨਿਟ ਦੇ ਨਾਲ ਲਗਾਉਣ ਦਾ ਮੁੱਖ ਮਕਸਦ, ਜਿੱਥੇ ਕਿ ਕਿਸਾਨਾਂ ਵੱਲੋਂ ਸਿੱਧੀ ਇਨਕਮ ਵਿੱਚ ਵਿਚੋਲਿਆਂ ਨੂੰ ਬਾਹਰ ਛੱਡਦੇ ਹੋਏ ਜਿਹੜੀ ਵੱਡੀ ਰਕਮ ਜਿਹੜੀ ਪਹਿਲਾਂ ਵਪਾਰੀਆਂ ਕੋਲ ਜਾਂਦੀ ਸੀ, ਇੱਦਾਂ ਦੇ ਯੂਨਿਟ, ਇੱਦਾਂ ਦੇ ਜਿਹੜੇ ਪ੍ਰੋਜੈਕਟ ਨੇ, ਇਹਨਾਂ ਦਾ ਮਤਲਬ ਹੁੰਦਾ ਕਿ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਵੱਡਾ ਲਾਭ ਪਹੁੰਚੇ। ਸੋ ਜਿਵੇਂ ਕਿ ਪ੍ਰਧਾਨ ਜੀ ਨੇ ਦੱਸਿਆ, ਤਾਂ ਇਹਦਾ ਇੱਕ ਨਤੀਜੇ ਨੇ ਕਿ ਇਹ ਬਿਲਕੁਲ ਗੱਲ ਸਹੀ ਸਾਬਤ ਹੋਈ ਹੈ। ਇੱਥੇ ਸੰਸਥਾਵਾਂ ਨੇ ਆਤਮ ਨਿਰਭਰ ਹੋ ਕੇ ਇਸ ਚੀਜ਼ ਨੂੰ ਆਪਣੇ ਕਿਸਾਨਾਂ ਤੱਕ ਪਹੁੰਚਾਉਣ 'ਚ ਬੜੀ ਸਫਲਤਾ ਦੇ ਨਾਲ ਇਹ ਪ੍ਰੋਜੈਕਟ ਇੱਕ ਪੇਸ਼ ਕੀਤਾ। ਅਤੇ ਮੈਂ ਸਮਝਦਾ ਪੂਰੇ ਪੰਜਾਬ ਦੇ ਸੂਬੇ ਲਈ ਵੀ ਇੱਕ ਬੜਾ ਵਧੀਆ ਪ੍ਰੋਜੈਕਟ ਹੈਗਾ, ਜਿਹਨੂੰ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਇਹਨੂੰ ਫੋਲੋ ਕੀਤਾ ਜਾਣਾ ਚਾਹੀਦਾ। ਅਤੇ ਸਰਕਾਰ ਦੇ ਪੱਧਰ 'ਤੇ ਹਮੇਸ਼ਾ ਹੀ ਇਹ ਇੱਦਾਂ ਦੇ ਆਤਮ ਨਿਰਭਰ ਪ੍ਰੋਜੈਕਟ ਹੁੰਦੇ ਨੇ, ਇਹਨਾਂ ਨੂੰ ਅੱਗੇ ਚੱਕਣ ਦੇ ਹਰੇਕ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਂਦਾ। ਅਤੇ ਇਸ ਲਈ ਵੀ ਹੁਣ ਵੀ ਜਦੋਂ ਵੀ ਇਹਨਾਂ ਨੂੰ ਇੱਥੇ ਕਿਸੇ ਤਰ੍ਹਾਂ ਸਹਿਯੋਗ ਹੁੰਦੀ ਹੈ, ਪ੍ਰਸ਼ਾਸਨ ਅਤੇ ਸਰਕਾਰ ਪੂਰੀ ਤਰ੍ਹਾਂ ਇਹਨਾਂ ਨੂੰ ਸਹਿਯੋਗ ਕਰਦੀ ਹੈ ਤਾਂ ਕਿ ਅਸੀਂ ਆਪਣੇ ਕਿਸਾਨ ਨੂੰ ਆਤਮ ਨਿਰਭਰ ਕਰਦੇ ਹੋਏ ਗੁਣਵੱਤਾ ਵਾਲੀਆਂ ਚੀਜ਼ਾਂ ਨੂੰ ਆਮ ਲੋਕਾਂ ਤੱਕ ਪਹੁੰਚਾਈਏ, ਜਿਸ ਦੇ ਨਾਲ ਆਪਣੇ ਸਮਾਜ ਦੀ ਵੀ ਭਲਾਈ ਕਰ ਸਕੀਏ। ਬਿਲਕੁਲ ਬਿਲਕੁਲ। ਅੱਛਾ ਮੈਨੇਜਰ ਸਾਹਿਬ, ਮੈਂ ਚਾਹੂੰਗਾ ਇੱਕ ਵਾਰੀ ਉੱਥੇ ਚੱਲੀਏ ਜਿੱਥੇ ਤੁਹਾਡੇ ਸ਼ਹਿਦ ਦਾ ਪ੍ਰੋਸੈਸਿੰਗ ਚੱਲਦੀ ਹੈ, ਤਾਂ ਅਗਲੀਆਂ ਤਸਵੀਰਾਂ ਤੁਹਾਨੂੰ ਉੱਥੋਂ ਦਿਖਾਉਣੇ ਵੀ ਸ਼ਹਿਦ ਕਿਵੇਂ ਪ੍ਰੋਸੈਸ ਕਰਦੇ ਨੇ, ਕਿਹੜੀਆਂ ਮਸ਼ੀਨਾਂ ਦੇ ਵਿੱਚ ਸ਼ਹਿਦ ਪ੍ਰੋਸੈਸ ਕੀਤਾ ਜਾਂਦਾ। ਆਮ ਤੌਰ ਦੇ ਉੱਤੇ ਆਪਾਂ ਦੇਖਦੇ ਹਾਂ ਕਿ ਸ਼ਹਿਦ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਵਿਕਣ 'ਤੇ ਆਉਂਦਾ, ਪਰ ਜਦੋਂ ਸਮਾਂ ਬੀਤਦਾ ਤਾਂ ਫਿਰ ਉਸਦੀ ਅਸਲੀਅਤ ਜਿਹੜੀ ਹੈ ਸਾਹਮਣੇ ਆਉਂਦੀ ਹੈ। ਉਹ ਖਤਰਨਾਕ ਵੀ ਕਈ ਵਾਰ ਸਾਡੀ ਸਿਹਤ ਦੇ ਨਾਲ ਖਿਲਵਾੜ ਵੀ ਕਈ ਵਾਰ ਕਰ ਜਾਂਦਾ, ਤਾਂ ਅਗਲੀਆਂ ਤਸਵੀਰਾਂ ਦੇ ਵਿੱਚ ਉਹ ਵੀ ਦੇਖਦੇ ਹਾਂ। ਤਾਂ ਤੁਸੀਂ ਹਲਦੀ ਪ੍ਰੋਸੈਸਿੰਗ ਦਾ ਦੇਖਿਆ ਸਿਸਟਮ, ਗੁੜ ਦਾ ਗੰਨੇ ਦੀ ਪ੍ਰੋਸੈਸਿੰਗ ਕਿਵੇਂ ਕੀਤੀ ਜਾ ਰਹੀ ਹੈ, ਦਾਲਾਂ ਦੀ ਕਿਸ ਤਰੀਕੇ ਦੇ ਨਾਲ ਉਹਨਾਂ ਚੀਜ਼ਾਂ ਨੂੰ ਤਿਆਰ ਕੀਤਾ ਜਾ ਰਿਹਾ, ਤਾਂ ਸ਼ਹਿਦ ਵਾਸਤੇ ਵੀ ਪ੍ਰੋਸੈਸਿੰਗ ਪਲਾਂਟ ਇੱਥੇ ਲਗਾਇਆ ਗਿਆ, ਇੱਥੇ ਹੀ ਸ਼ਹਿਦ ਨੂੰ ਪ੍ਰੋਸੈਸ ਕਰਕੇ ਬੋਟਲਿੰਗ ਕਰਕੇ ਔਰ ਸੈਂਪਲਿੰਗ ਕਰਨ ਤੋਂ ਬਾਅਦ ਉਸਨੂੰ ਮਾਰਕੀਟ ਦੇ ਵਿੱਚ ਭੇਜਿਆ ਜਾਂਦਾ। ਤਾਂ ਮੈਨੇਜਰ ਸਾਹਿਬ, ਕਿਵੇਂ ਇਹ ਸਾਰਾ ਪ੍ਰੋਸੈਸ ਹੁੰਦਾ ਸ਼ਹਿਦ ਇੱਥੇ? ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਇੱਦਾਂ ਸੀ ਜਦੋਂ ਸੁਸਾਇਟੀ ਸਾਡੀ ਬਣੀ ਸੀ ਇਹ ਪਹਿਲ ਇਸ ਤਲ 'ਤੇ ਹੋਈ ਸੀ ਅਤੇ ਜਦੋਂ 94-95 'ਚ ਸ਼ਹਿਦ ਦਾ ਰੇਟ 15 ਰੁਪਏ ਹੁੰਦਾ ਸੀ, ਖੰਡ ਦਾ ਰੇਟ 18 ਰੁਪਏ ਹੁੰਦਾ ਸੀ। ਫਿਰ ਸੁਸਾਇਟੀ ਦੇ ਮੈਂਬਰਾਂ ਨੇ ਕੀਤਾ ਅਤੇ ਅਸੀਂ ਸ਼ਹਿਦ ਨੂੰ ਆਪ ਪ੍ਰੋਸੈਸ ਕਰਕੇ ਵੇਚਣਾ ਆ, ਅਤੇ ਉਸ ਕਰਕੇ ਜਿਹੜੇ ਸੁਸਾਇਟੀ ਦੇ 70-80 ਮੈਂਬਰ ਬੀ ਕੀਪਰ ਆ ਜੀ, ਉਹ ਸਾਰੇ ਕੰਢੀ ਏਰੀਏ ਦੇ ਆ, ਸ਼ਹਿਦ ਪੈਦਾ ਕਰਦੇ ਆ ਜੀ। ਫਿਰ ਆਪਣਾ ਇਹ ਯੂਨਿਟ ਲਾਇਆ ਜੀ ਸ਼ਹਿਦ ਦਾ ਜੀ, ਉਹਦੇ ਵਿੱਚ ਸ਼ਹਿਦ ਜਿੱਦਾਂ ਮੈਂਬਰ ਜਿਹੜੇ ਲੈ ਕੇ ਆਉਂਦੇ ਆ ਜੀ, ਪਹਿਲਾਂ ਇਹ ਸਟੇਨਲੈਸ ਸਟੀਲ ਦੇ ਡਰਾਮਾ ਸਾਥੋਂ, ਅਤੇ ਇਹਦੇ ਵਿੱਚ ਲੈ ਕੇ ਆਉਂਦੇ ਆ ਜੇ ਨਾ ਪੂਰੀ ਹਾਈਜੀਨਿਕ ਬਣਿਆ ਰਹੇ ਸ਼ਹਿਦ, ਨਹੀਂ ਤਾਂ ਆਮ ਤੁਸੀਂ ਸ਼ਹਿਦ ਦੇਖਿਆ ਹੋਣਾ ਪੀਪਿਆਂ 'ਚ ਆਉਂਦਾ ਆ, ਉਹ ਸਮੈਲ ਆਉਂਦੀ ਆ, ਪਰ ਸਾਡੇ ਕੋਲ ਸਟੇਨਲੈਸ ਸਟੀਲ ਦਾ ਡਰਾਮਾ ਜੀ। ਜਦੋਂ ਸ਼ਹਿਦ ਆ ਜਾਂਦਾ ਹੈ ਜੀ, ਇਹ ਸਾਡੇ ਕੋਲ ਟੈਂਕ ਆ ਜੀ ਸ਼ਹਿਦ ਦਾ, ਪੂਰਾ ਪਲਾਂਟ ਸਟੇਨਲੈਸ ਸਟੀਲ ਦਾ ਆ ਜੀ। ਇਹਦੇ ਵਿੱਚ 5 ਕੁਇੰਟਲ ਸ਼ਹਿਦ ਪੈ ਜਾਂਦਾ ਜੀ, ਇਹਦੇ ਵਿੱਚ ਡਬਲ ਲੇਅਰ ਆ, ਇਹਦੇ ਵਿੱਚ ਫਿਰ ਗਰਮ ਪਾਣੀ ਘੁਮਾਈਦਾ ਜੀ, ਜਦੋਂ 40-45 ਤੱਕ ਟੈਂਪਰੇਚਰ ਸ਼ਹਿਰ ਨੂੰ ਇਨਡਾਇਰੈਕਟ ਹੀਟ ਦੇਈ ਦੀ ਆ ਜੀ। ਉਹਦੇ ਵਿੱਚ ਇੱਕ ਫਿਲਟਰ ਇਹ ਲੱਗਾ ਜੀ, 2 ਫਿਲਟਰ ਪਿੱਛੇ ਮਾਈਕਰੋ ਫਿਲਟਰ ਲੱਗੇ ਆ ਜੀ, ਉਹ ਫਿਰ ਮੋਟਰ ਨਾਲ ਪ੍ਰੈਸ ਹੋ ਕੇ ਫਿਰ ਸੈਟਿਨ ਟੈਂਕ ਵਿੱਚ ਆ ਜਾਂਦਾ ਜੀ। ਇੱਥੇ 72 ਆਵਰ ਇਹਨੂੰ ਠੰਡਾ ਹੋਣ ਲਈ ਰਹਿਣ ਦਿੱਤਾ ਜੀ। ਉਹਦੇ ਵਿੱਚ ਜਦੋਂ ਵੈਕਸ ਉੱਤੇ ਆ ਜਾਂਦੀ ਉਹ ਚੱਕ ਕੇ ਅਤੇ ਅੱਗੇ ਫਿਰ ਪੈਕਿੰਗ ਹੋ ਜਾਂਦੀ ਜੀ। ਇਹ ਆਪਣੇ ਕੋਲ ਮੈਨੂਅਲ ਪੈਕਿੰਗ ਮਸ਼ੀਨ ਆ ਜੀ, ਇਹ ਤੋਂ ਜੇ ਥੋੜ੍ਹਾ ਸ਼ਾਇਦ ਕਰਨਾ ਜੇ ਜ਼ਿਆਦਾ ਵੱਡੇ ਆਰਡਰ ਹੋਣ, ਉਹ ਸਭ ਤੋਂ ਆਟੋਮੈਟਿਕ ਪੈਕਿੰਗ ਮਸ਼ੀਨ ਆ ਜਿਹੜੀ 1 ਮਿੰਟ 'ਚ 22 ਬੋਤਲਾਂ ਪੈਕ ਕਰ ਦਿੰਦੀ ਆ ਜੀ। ਅਤੇ ਮੈਨੂਅਲ ਮਸ਼ੀਨ ਇੱਥੇ 1 ਕਿਲੋ ਦੀ 1/2 ਕਿਲੋ ਦੀ ਸੈਟਿੰਗ ਕਰਕੇ ਅਤੇ ਅੱਗੇ ਪੈਕਿੰਗ ਹੋ ਜਾਂਦੀ, ਇੱਥੇ ਲੇਬਲਿੰਗ ਹੋ ਜਾਂਦੀ ਹੈ ਜੀ। ਹਾਂਜੀ। ਅੱਛਾ, ਲੋਕ ਆਰਡਰ ਫਿਰ ਲਗਾਤਾਰ ਇੱਥੋਂ ਖਰੀਦਣ ਵਾਸਤੇ ਵੀ ਆਉਂਦੇ ਨੇ? ਹਾਂਜੀ ਹਾਂਜੀ, ਆਮ ਤੁਸੀਂ ਦੇਖਿਆ ਹੋਣਾ ਇੱਥੋਂ ਹੁਸ਼ਿਆਰਪੁਰ 7-20 ਕਿਲੋਮੀਟਰ ਆ, ਸਿਰਫ ਕਈ ਵਾਰ ਇਕੱਲਾ ਸ਼ਹਿਦ ਲੈਣ ਜਾਂ ਕੁਛ ਪ੍ਰੋਡਕਟ ਲੈਣ, ਹੁਣ ਤਾਂ ਸਾਡਾ ਹੁਸ਼ਿਆਰਪੁਰ ਵੀ ਆਊਟਲੈਟ ਹੈਗਾ, ਨਹੀਂ ਤਾਂ ਅੱਗੇ ਆਊਟਲੈਟ ਨਹੀਂ ਸੀ, ਅਤੇ ਕਾਰ 'ਚ 200 ਦਾ ਤੇਲ ਫੂਕ ਕੇ 1 ਬੋਤਲ ਸ਼ਹਿਦ ਹੀ ਲੈਣ ਆ ਜਾਂਦੇ ਹੁੰਦੇ ਸੀ ਸਰ। ਤਾਂ ਬੜੀ ਚੰਗੀ ਗੱਲ ਹੈ ਜੇ ਕਿਸਾਨ ਆਪਣੀ ਫਸਲ ਦਾ ਮੁੱਲ ਖੁਦ ਪਾ ਰਿਹਾ। ਕਿਵੇਂ ਲੱਗਦਾ ਅੱਜ ਕਿਸਾਨ ਖੁਦ ਆਪਣਾ ਮਾਰਕੀਟ ਦੇ ਨਾਲ ਆਪਣਾ ਸਮਾਨ ਆਪਣੇ ਹੱਥੀਂ ਵੇਚ ਰਿਹਾ, ਤਾਂ ਲੱਗਦਾ ਵਿਚਲੀ ਜਿਹੜੀ ਚੋਰ ਬਜ਼ਾਰੀ ਹੈ ਖਤਮ ਹੋ ਗਈ? ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ, ਮੈਂ ਵੀ ਇਸ ਸੰਸਥਾ ਦਾ ਮੈਂਬਰ ਹਾਂ, ਮੈਂਬਰ ਹੋਣ ਦੇ ਨਾਲ ਨਾਲ ਲਗਭਗ ਪਿਛਲੇ 20 ਸਾਲ ਤੋਂ ਇੱਥੇ ਦੇ ਸਾਰੇ ਪ੍ਰੋਡਕਟ ਜਿਹੜੇ ਆ ਉਹ ਆਪਣੇ ਘਰ ਵਿੱਚ ਵਰਤ ਰਹੇ ਆਪਾਂ। ਇੱਥੇ ਦਾ ਹੀ ਸ਼ਹਿਦ, ਇੱਥੇ ਦਾ ਹੀ ਬੇਸਣ, ਇੱਥੇ ਦੀਆਂ ਦਾਲਾਂ ਬਾਜ਼ਾਰ ਦੇ ਮੁਕਾਬਲੇ ਬਹੁਤ ਸ਼ੁੱਧਤਾ ਜਿਹੜੀ ਆ, ਕਿਉਂਕਿ ਫੈਪਰੋ ਦਾ ਜਿਹੜਾ ਮੇਨ ਪ੍ਰਧਾਨ ਜੀ ਨੇ ਵੀ ਦੱਸਿਆ, ਵਾਈਸ ਪ੍ਰਧਾਨ ਜੀ ਨੇ ਵੀ, ਕਿ ਆਪਾਂ ਸ਼ੁੱਧਤਾ ਅਤੇ ਕੁਆਲਿਟੀ ਦੋ ਚੀਜ਼ਾਂ 100% ਗਰੰਟੀ ਨਾਲ ਆਪਾਂ ਦਿੰਦੇ ਹਾਂ, ਅਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋਰਾਵਾਂ ਨਹੀਂ, ਇਹ ਬਿਲਕੁਲ ਅਸਲੀਅਤ ਆ। ਪਹਿਲਾਂ ਅੱਜ ਤੋਂ 20 ਸਾਲ ਪਹਿਲਾਂ ਬਹੁਤ ਛੋਟੇ ਪੱਧਰ 'ਤੇ ਜਿਹੜਾ ਇਹ ਕੰਮ ਸ਼ੁਰੂ ਕੀਤਾ ਗਿਆ ਸੀ, ਅਤੇ ਅੱਜ ਤੁਸੀਂ ਦੇਖੋ ਕਿੱਡਾ ਵੱਡਾ ਪ੍ਰੋਜੈਕਟ ਜਿਹੜਾ ਬਣ ਗਿਆ, ਹੌਲੀ ਹੌਲੀ ਹੋਰ ਡਿਵੈਲਪਮੈਂਟ ਜਿਹੜੀ ਇਹਦੀ ਹੋ ਰਹੀ ਆ। ਅਤੇ ਮੈਂ ਸਾਰੇ ਜਿੰਨੇ ਵੀ ਦਰਸ਼ਕ ਪੰਜਾਬ ਦੇ ਆਪਣੇ ਦੇਸ਼ ਦੇ ਜਾਂ ਵਿਦੇਸ਼ਾਂ 'ਚ ਵੀ ਸੁਣਦੇ ਆ ਸਾਰੇ, ਉਹਨਾਂ ਨੂੰ ਇਹੀ ਦੱਸਣਾ ਚਾਹੁੰਦਾ ਕਿ ਜੇ ਸ਼ੁੱਧ ਚੀਜ਼ ਕੋਈ ਲੈਣੀ ਆ, ਜੇ ਤੁਸੀਂ ਖਾਣਾ ਚਾਹੁੰਦੇ ਸ਼ੁੱਧ, ਤਾਂ ਫੈਪਰੋ 'ਚ ਹੀ ਸ਼ੁੱਧ ਮਿਲਦਾ ਜੀ, ਹੋਰ ਕਿਤੇ ਨਹੀਂ। ਮੈਂ ਅਪੀਲ ਹੋਰ ਜ਼ਰੂਰ ਕਰਨੀ ਚਾਹੂੰਗਾ, ਜ਼ਰੂਰੀ ਨਹੀਂ ਤੁਸੀਂ ਕਿਸੇ ਦੀ ਪੈਸੇ ਦੇ ਨਾਲ ਮਦਦ ਕਰ ਸਕਦੇ ਹੋ, ਜ਼ਰੂਰੀ ਨਹੀਂ ਕਿਸਾਨੀ ਦੀ ਮਦਦ ਤੁਸੀਂ ਆ ਕੇ ਕੋਈ ਸਮਾਨ ਦੇ ਕੇ ਜਾਓ ਅਤੇ ਉੱਦਾਂ ਤੁਸੀਂ ਮਦਦ ਕਰ ਸਕਦੇ ਹੋ। ਕਿਸਾਨ ਦੀ ਮੈਨੂੰ ਲੱਗਦਾ ਵੀ ਸਭ ਤੋਂ ਅਸਲੀ ਅਤੇ ਸੁਚੱਜੇ ਢੰਗ ਦੇ ਨਾਲ ਮਦਦ ਉਹ ਹੋ ਸਕਦੀ ਹੈ ਕਿ ਜੇਕਰ ਤੁਸੀਂ ਜਿਹੜੀ ਕਿਸਾਨ ਦੀ ਫਸਲ ਹੈ ਕਿਸਾਨ ਦੇ ਕੋਲੋਂ ਸਿੱਧੇ ਤੌਰ ਦੇ ਉੱਤੇ ਖਰੀਦੋ, ਤਾਂ ਜੋ ਇੱਕ ਤਾਂ ਉਹਦੀ ਜਿਹੜੀ ਲਾਗਤ ਮੁੜੇ, ਲਾਗਤ ਮੁੜਨ ਦੇ ਨਾਲ ਉਹਨੂੰ ਇੰਨਾ ਕੁ ਮੁਨਾਫਾ ਆਵੇ ਜਿਸ ਦੇ ਨਾਲ ਉਹ ਆਪਣੇ ਪਰਿਵਾਰ ਨੂੰ ਚਲਾ ਸਕੇ। ਅੱਛਾ ਪ੍ਰਧਾਨ ਜੀ, 1-2 ਸਵਾਲ ਹੋਰ ਲਊਂਗਾ। ਜਦੋਂ ਇਹ 30 ਬੰਦਿਆਂ ਨੇ ਸ਼ੁਰੂ ਕੀਤਾ ਸੀ, ਲੋਕ ਟਿੱਚਰਾਂ ਮਾਰਦੇ ਸੀ ਉਦੋਂ ਵੀ ਕਿਹੜੇ ਕਮੀ ਪੈ ਗਏ ਨੇ? ਦੇਖੋ, ਕੋਈ ਵੀ ਨਵਾਂ ਕੰਮ ਸ਼ੁਰੂ ਕਰਦੇ ਹਾਂ ਉਹਦੇ ਵਿੱਚ ਮੁਸ਼ਕਲਾਂ ਵੀ ਆਉਂਦੀਆਂ, ਟਿੱਚਰਾਂ ਦਾ ਵੀ ਸਾਹਮਣਾ ਪੈਂਦਾ। ਅਸੀਂ ਉਹਨਾਂ ਨੂੰ ਟਿੱਚਰਾਂ ਨੂੰ ਬਹੁਤ ਖਿੜੇ ਮੱਥੇ ਸਵੀਕਾਰ ਕੀਤਾ, ਔਰ ਉਹਦਾ ਜਵਾਬ ਅਸੀਂ ਪ੍ਰੋਡਕਸ਼ਨ ਕਰਕੇ ਦਿੱਤਾ। ਦੇਖੋ, ਜਦੋਂ ਮਾਰਕੀਟ 'ਚ ਅਸੀਂ ਵੇਚਿਆ ਸ਼ਹਿਦ ਵੇਖਿਆ,
ਇਹਨਾਂ ਜਿਹੜੇ ਮੱਖੀ ਪਾਲਕ ਸੀ ਉਹਨਾਂ ਨੂੰ ਵੀ ਫਾਇਦਾ ਹੋਇਆ, ਸਾਨੂੰ ਵੀ ਫਾਇਦਾ ਹੋਇਆ ਇਸ ਚੀਜ਼ ਦਾ। ਅਤੇ ਦੇਖੋ ਟਿੱਚਰਾਂ ਕਰਨਾ ਲੋਕਾਂ ਦਾ ਫਰਕ ਆ, ਉਹਦੇ ਜੇ ਲੋਕ ਟਿੱਚਰ ਨਾ ਕਰਨ ਤਾਂ ਅਕਲ ਨਹੀਂ ਆਉਂਦੀ ਕਦੀ ਬੰਦੇ ਨੂੰ, ਠੀਕ ਆ। ਇਹਨਾਂ ਟਿੱਚਰਾਂ ਵਿੱਚ ਅਸੀਂ ਸਭ ਕੁਝ ਸਿੱਖਿਆ, ਜਿੰਨਾ ਵੀ ਜਦੋਂ ਟਿੱਚਰਾਂ ਹੁੰਦੀਆਂ ਅਸੀਂ ਅਵੇਅਰਨੈਸ ਸਾਨੂੰ ਹੋ ਜਾਂਦੀ ਆ, ਅਸੀਂ ਹੋਰ ਚੰਗੀ ਤਰ੍ਹਾਂ ਕੰਮ ਕਰਦੇ ਹਾਂ। ਅੱਛਾ, ਕਿਤੇ ਸੋਚਿਆ ਸੀ ਉੱਦਾਂ ਵੀ ਆਪਣੇ ਵੀ ਮਾਰਕੇ ਹੋਣਗੇ, ਆਪਣੇ ਬ੍ਰਾਂਡ ਬਣਨਗੇ, ਆਪਣੇ ਬ੍ਰਾਂਡ ਵੇਚਾਂਗੇ? ਦੇਖੋ ਇਹ ਪਹਿਲਾਂ ਦਿਨ ਤੋਂ ਅਸੀਂ ਸੋਚਿਆ ਵੀ ਜੇ ਇਕੱਠੇ ਹੋ ਕੇ ਮਾਰਕੀਟਿੰਗ ਕਰਾਂਗੇ ਕੋਈ ਵੀ ਚੀਜ਼ ਨੂੰ, ਮਤਲਬ ਟਾਈਮ ਲੱਗਦਾ ਥੋੜ੍ਹਾ ਜਿਹਾ ਉਹ ਮਾਰਕੀਟ ਬਣਨ ਦਾ। ਦੂਸਰਾ ਗੱਲ ਸੀ, ਇੱਕੋ ਅਸੀਂ ਮਨ 'ਚ ਰੱਖਿਆ ਸੀ ਕਿ ਪਿਓਰਟੀ ਦੇਣੀ ਆ, ਹੋਰ ਕੁਝ ਮਿਲਾਵਟ ਨਹੀਂ ਕਰਨੀ, ਅਸੀਂ ਵੀ ਖੁਦ ਵੀ ਚੰਗਾ ਖਾਣਾ ਅਤੇ ਲੋਕਾਂ ਨੂੰ ਵੀ ਚੰਗਾ ਖਾਣਾ ਖਿਲਾਉਣਾ। ਅੱਛਾ, ਇੱਕ ਸਵਾਲ ਤੁਹਾਡੇ ਤੋਂ ਹੈ, ਜਿਵੇਂ ਦੱਸਿਆ ਵੀ ਟੀਚਰਾਂ ਨੇ ਤਾਂ ਪੋਜ਼ੀਟਿਵ ਐਨਰਜੀ ਦਿੱਤੀ ਆ ਉਹਨਾਂ ਚੀਜ਼ਾਂ ਨੂੰ ਆਪਾਂ ਪੋਜ਼ੀਟਿਵ, ਤੁਸੀਂ ਤਾਂ ਕਾਮਯਾਬ ਹੋ ਗਏ ਅੱਜ, ਹੋਰ ਕਿਸਾਨ ਭਰਾ ਬਹੁਤ ਦੇਖ ਰਹੇ ਹੋਣਗੇ, ਜੇ ਉਹਨਾਂ ਦੀ ਤੁਸੀਂ ਮਦਦ ਕਰਨੀ ਹੋਵੇ ਤਾਂ ਕਿਹੜੇ ਰੂਪ ਦੇ ਵਿੱਚ ਕਿਸ ਤਰੀਕੇ ਨਾਲ ਮਦਦ ਕਰ ਸਕਦੇ ਹੋ ਤਾਂ ਜੋ ਉਹ ਵੀ ਆਪਣੇ ਪੈਰਾਂ 'ਤੇ ਖੜੇ? ਪਹਿਲਾਂ ਤਾਂ ਇਹ ਵੀ ਅਸੀਂ ਦਾਲਾਂ ਬੇਸ਼ੱਕ ਸਾਡੇ ਕੋਲ ਉਹ ਦਾਲਾਂ ਖਰੀਦਾਂਗੇ, ਸ਼ਹਿਦ ਜਿਹੜੇ ਪੈਦਾਵਾਰ ਕਰਦੇ ਆ ਸ਼ਹਿਦ ਵਾਲੇ ਸਾਡੇ ਕੋਲ ਸਾਡੇ ਸਿਸਟਮ ਦੇ ਹਿਸਾਬ ਨਾਲ ਲਿਆਉਣ, ਜਿੱਦਾਂ ਸਾਡੇ ਪੰਨੂ ਸਾਹਿਬ ਨੇ ਦੱਸਿਆ, ਮੈਨੇਜਰ ਸਾਹਿਬ ਨੇ ਵੀ ਸਾਡੇ ਡਰੰਮਾਂ ਥਰੂ ਉਹ ਵਧੀਆ ਪਿਓਰ ਹੋਵੇ, ਫਿਰ ਪਹਿਲਾਂ ਅਸੀਂ ਚੈੱਕ ਕਰੀਦਾ ਵੀ ਫਲੋਰਾ ਚੰਗਾ ਜਿੱਥੇ ਉਹ ਸ਼ਹਿਦ ਪੈਦਾ ਕਰ ਰਿਹਾ। ਇਸੇ ਤਰ੍ਹਾਂ ਹੀ ਗੰਨਾ ਜਿਹੜਾ ਆ, ਗੰਨਾ ਮਾੜਾ ਗੰਨਾ ਨਹੀਂ ਆਉਂਦਾ, ਗੰਨਾ ਵਧੀਆ ਲੈਣਾ, ਅਸੀਂ ਇਹੋ ਹੀ ਮਦਦ ਉਹਨਾਂ ਕਿਸਾਨਾਂ ਦੀ ਕਰ ਸਕਦੇ ਹਾਂ। ਇੱਥੇ ਆ ਕੇ ਆਪਣੀ ਪ੍ਰੋਡਕਟ ਸਾਡਾ ਇਹ ਵੇਲਣਾ ਜਿਹੜਾ ਚੱਲਦਾ ਇੱਥੇ ਗੁੜ ਬਣਾ ਕੇ ਵੀ ਲਿਜਾ ਸਕਦੇ, ਸਾਡਾ ਅਸੀਂ ਉਹਦੀ ਗੋਟ ਦੀ ਕਢਾਈ ਦੇਣੇ ਲਈਦੀ ਆ, ਪਰ ਉਹ ਗੁੜ ਬਣਾ ਕੇ ਆਪਣਾ ਘਰ ਖਾ ਸਕਦੇ ਆ, ਆਪਣੇ ਰਿਸ਼ਤੇਦਾਰਾਂ ਨੂੰ ਦੇ ਸਕਦੇ ਆ। ਦੇਖੋ ਹੁਣ ਇੱਕ ਬੜੀ ਵਧੀਆ ਗੱਲ ਆ ਕਿ ਲੋਕ ਹੁਣ ਵਿਆਹਾਂ ਸ਼ਾਦੀਆਂ 'ਚ ਸਾਡਾ ਗੁੜ, ਕਿਉਂਕਿ ਟੁਕੜੀਦਾਰ ਬਰਫੀ ਦੀਆਂ ਟੁਕੜੀਆਂ ਵਾਂਗੂ ਗੁੜ ਬਣ ਜਾਂਦਾ ਸਾਡੇ ਇੱਥੇ, ਔਰ ਇੱਦਾਂ ਦਾ ਚਮਕਦਾ ਇੱਦਾਂ ਦਾ ਕਣ ਆ, ਕਿਉਂਕਿ ਆਹ ਸਾਡਾ ਏਰੀਆ ਜਿਹੜਾ ਇੱਥੇ ਧਰਤੀ 'ਚ ਕਣ ਬਹੁਤ ਆ, ਬੈਸਟ ਜਿਹੜਾ ਗੰਨਾ ਹੁੰਦਾ ਇੱਥੇ ਅਤੇ ਬੈਸਟ ਉਹਦਾ ਗੁੜ ਪੈਦਾ ਹੁੰਦਾ। ਉਹ ਲੋਕ ਹੁਣ ਉਹਨਾਂ ਨੂੰ ਡੱਬਿਆਂ ਵਿੱਚ ਬੰਦ ਕਰ ਕਰਕੇ ਵਿਆਹਾਂ ਸ਼ਾਦੀਆਂ ਦੇ ਤੋਹਫਿਆਂ ਵਿੱਚੋਂ ਦੇਣ ਲੱਗ ਪਏ। ਤੁਸੀਂ ਮੰਨਣਾ ਕੈਨੇਡਾ ਦੇ ਵਿੱਚ ਸਾਡੇ ਇੰਨੇ ਮੇਰਾ ਖਿਆਲ ਲੱਗਾ ਗਿਆ ਵੀ ਉਹ ਸਾਨੂੰ ਆ ਰਿਹਾ ਵੀ ਤੁਸੀਂ ਕਿਸੇ ਢੰਗ ਨਾਲ ਕੈਨੇਡਾ ਭੇਜਣਾ ਸ਼ੁਰੂ ਕਰੋ। ਹੁਣ ਅਸੀਂ ਉਹ ਪ੍ਰੋਸੈਸ ਕਰ ਰਹੇ ਹਾਂ, ਮੈਂ ਉੱਦਣ ਸਾਡੇ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਆਏ ਸੀ, ਇਹ ਤੂਤ ਸਾਹਿਬ ਵੀ ਉੱਦਣ ਇੱਥੇ ਸੀ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਕੋਈ ਇੱਦਾਂ ਦਾ ਸਿਸਟਮ ਬਣਾਓ, ਸਾਡੀ ਹੈਲਪ ਸਰਕਾਰ ਇੰਨੀ ਕੁ ਕਰੇ ਵੀ ਅਸੀਂ ਆਪਣੇ ਪ੍ਰੋਡਕਟਸ ਜਿਹੜੇ ਬਾਹਰ ਭੇਜ ਸਕੀਏ, ਕਿਉਂਕਿ ਉੱਥੇ ਡਿਮਾਂਡ ਬੜੀ ਆ ਸ਼ੁੱਧ ਹਲਦੀ ਦੀ, ਤਾਂ ਸ਼ਹਿਦ ਦੀ ਸਾਡੀ ਜਿਹੜੀ ਉਹ ਪੂਰੀ ਡਿਮਾਂਡ, ਉਹ ਕਹਿੰਦੇ ਵੀ ਇਹ ਸਾਨੂੰ ਚਾਹੀਦਾ ਅਤੇ ਗੁੜ, ਉਹ ਅਸੀਂ ਤਿੰਨੇ ਚੀਜ਼ਾਂ ਜਿਹੜੀਆਂ ਐਕਸਪੋਰਟ ਕਰ ਸਕਦੇ। ਸਾਡੇ ਕੋਲ ਜਿੰਨਾ ਵੀ ਕੋਈ ਰਾ ਮਟੀਰੀਅਲ ਆ ਜਾਏ, ਰਾ ਮਟੀਰੀਅਲ ਦੀ ਕੁਆਲਿਟੀ ਅਸੀਂ ਦੇਖਣੀ ਆ, ਫਿਰ ਆ ਪ੍ਰੋਸੈਸ ਕਰਨਾ, ਪ੍ਰੋਸੈਸਿੰਗ ਦੀ ਗਰੰਟੀ ਆ, ਰਲਾ ਕੋਈ ਨਹੀਂ, ਨਾ ਗੋੜ 'ਚ ਖੰਡ ਜਿੱਦਾਂ ਉਹ ਪਾਉਂਦੇ ਬਾਕੀ ਵੇਲਣੇ ਵਾਲੇ। ਉਹ ਪਿੱਛੇ ਮੈਂ ਇੱਕ ਦਿਨ ਗਿਆ, ਜੋ ਵੀ ਚੀਜ਼ ਮਿਲੇਗੀ ਪਿਓਰ ਪਿਓਰ ਮਿਲੂਗੀ, ਉਹ ਵੇਲਣੇ ਦੇ ਲਾਗੇ ਉਹਨਾਂ 50 ਕੁ ਬੋਰੀਆਂ ਅਤੇ ਉੱਥੇ ਰੱਖੀਆਂ ਖੰਡਦੀਆਂ। ਮੈਂ ਪ੍ਰਸ਼ਾਸਨ ਵੀ ਇੱਥੇ ਖੜ੍ਹਾ, ਮੈਂ ਇਹਨਾਂ ਨੂੰ ਵੀ ਥੋੜ੍ਹਾ ਮੈਡਮ ਹੋਰਾਂ ਨੂੰ ਵੀ ਵੀ ਇਹਨਾਂ ਦਾ ਕਮ ਸੇ ਕਮ ਵੇਲਣਿਆਂ ਬੁਲਣਿਆਂ 'ਤੇ ਜਾਂਦੇ ਆਉਂਦਿਆਂ ਕਿਸੇ ਬੰਦਿਆਂ ਦੀ ਡਿਊਟੀ ਲਾ ਦਿਓ, ਚੈੱਕ ਕਰਨ ਵੀ ਉਹ ਖੰਡ ਸ਼ਰੇਆਮ ਵਿੱਚ ਰਲਾਈ ਜਾਂਦੇ, ਉਹ ਜਿਹੜੀ ਭੈੜੀ ਜਿਹੀ ਗੰਦੀ ਖੰਡ ਜਿਹਨੂੰ ਜੋ ਲੋਕ ਉਹ ਲਾਹਣ ਬਣਾਉਣ ਲਈ ਵਰਤਦੇ ਆ, ਉਹ ਖੰਡ ਵਿੱਚ ਸੁੱਟੀ ਜਾਂਦੇ ਅਤੇ ਲੋਕਾਂ ਨੂੰ ਕਹਿਣਾ ਗੋੜਿਆ ਜੀ ਗੋੜਿਆ, ਕਿਉਂਕਿ ਗੁੜ ਦਾ ਲੋਕਾਂ 'ਚ ਟ੍ਰੈਂਡ ਇਸ ਕਰਕੇ ਆਇਆ ਬਈ ਸ਼ੂਗਰ ਜਿਹੜੀ ਵਾਈਟ ਸ਼ੂਗਰ ਆ ਨਾ, ਇਹ ਸਿਹਤ ਲਈ ਹਾਨੀਕਾਰਕ ਆ। ਗੁੜ ਜਿਹੜਾ ਇਹਦੇ ਵਿੱਚ ਇੰਨੇ ਮਤਲਬ ਜਿਹੜੇ ਨਿਊਟ੍ਰੀਐਂਟਸ ਨੇ, ਇੰਨੇ ਵਧੀਆ ਤੱਤ ਨੇ ਇਹਦੇ 'ਚ, ਆਇਰਨ ਆ, ਇਹ ਜਿਹੜਾ ਬਹੁਤ ਵਧੀਆ ਬੋਡੀ ਲਈ ਫਿੱਟ, ਪਰ ਉਹ ਬੋਡੀ ਨੂੰ ਚੰਗਾ ਖਵਾਉਣ ਦੀ ਥਾਂ ਜੇ ਉਹ ਹੀ ਸ਼ੱਕਰ ਅਤੇ ਉਹ ਗੰਦ ਪਿਲ ਘੋਲ ਕੇ ਖਵਾਈ ਜਾਣਾ ਤਾਂ ਉਹ ਫਾਇਦੇ ਦੀ ਥਾਂ ਨੁਕਸਾਨ ਹੋਊਗਾ। ਇਸ ਕਰਕੇ ਅਸੀਂ ਤਾਂ ਕਹਿੰਦੇ ਇਹੋ ਜਿਹੀਆਂ ਸੰਸਥਾਵਾਂ ਜਿਵੇਂ ਸਾਡੇ ਤਹਿਸੀਲਦਾਰ ਸਾਹਿਬ ਨੇ ਦੱਸਿਆ ਵੀ ਇਹੋ ਜਿਹੀਆਂ ਸੰਸਥਾਵਾਂ ਹਰ ਜ਼ਿਲ੍ਹੇ 'ਚ ਬਣਾਉਣੀਆਂ ਚਾਹੀਦੀਆਂ, ਹਰ ਜ਼ਿਲ੍ਹੇ 'ਚ ਬਣਾਉਣੀਆਂ ਚਾਹੀਦੀਆਂ, ਔਰ ਕਿਸਾਨਾਂ ਕੋਲੋਂ ਡਾਇਰੈਕਟ ਰਹਿਣ, ਵਿਚੋਲਾ ਆਟੋਮੈਟਿਕਲੀ ਬਾਹਰ ਨਿਕਲ ਜੂ। ਦੇਖੋ ਜੇ 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 ਸਿੱਧੇ ਤੌਰ ਦੇ ਉੱਤੇ ਮੁਨਾਫਾ ਕਰਨਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਕਰਨ ਦੇ ਲਈ ਇਨੀਸ਼ੀਏਟਿਵ ਆਪ ਵੀ ਲੈਣਾ ਪਊ, ਅਤੇ ਗਵਰਨਮੈਂਟ ਨੂੰ ਵੀ ਚਾਹੀਦਾ ਵੀ ਹਰ ਜ਼ਿਲ੍ਹੇ ਦੇ ਵਿੱਚ
ਹੁਣ ਤੁਹਾਨੂੰ ਲਾਸਟ ਝਲਕ ਹੈ ਇਸ ਪੂਰੀ ਪਿਕਚਰ ਦੀ ਉਹ ਦਿਖਾਊਂਗਾ ਜਿੱਥੇ ਫਿਰ ਕਿਸਾਨ ਆਪਣਾ ਬ੍ਰਾਂਡ ਵੇਚ ਰਹੇ ਨੇ, ਤਾਂ ਉਹ ਫਿਰ ਉੱਥੇ ਵੀ ਚੱਲ। ਹਰ ਸਿੱਕੇ ਦੇ ਦੋ ਪਹਿਲੂ ਨੇ। ਇੱਕ ਪਹਿਲੂ ਆਪਾਂ ਦੇਖਦੇ ਹਾਂ, ਜੇ ਕਿਸਾਨੀ ਦੀ ਗੱਲ ਕਰਾਂ ਤਾਂ ਕਿਸਾਨ ਜ਼ਰੂਰੀ ਨਹੀਂ ਅਤੇ ਧਰਨੇ ਲਾਉਣ ਦੇ ਲਈ ਹੀ ਸੜਕਾਂ 'ਤੇ ਆਉਣ ਜਾਂ ਸੜਕ ਦੇ ਕੰਢੇ 'ਤੇ ਆਉਣ। ਜੇ ਕਿਸਾਨ ਆਪਣੀ ਫਸਲ ਨੂੰ ਬੜੇ ਸਹੀ ਤਰੀਕੇ ਦੇ ਨਾਲ ਪੇਸ਼ ਕਰੇ, ਪ੍ਰਜੈਂਟ ਕਰੇ, ਸੜਕ ਦੇ ਕੰਢੇ ਆ ਕੇ ਵੇਚੇ, ਤਾਂ ਮੈਨੂੰ ਲੱਗਦਾ ਫਿਰ ਉਹ ਮੁਨਾਫੇ ਵਾਲਾ ਕੰਢੇ 'ਤੇ ਬਹਿਣਾ ਵੀ ਕਿਸਾਨਾਂ ਦੇ ਲਈ ਸਿੱਧ ਹੋ ਸਕਦਾ। ਤਾਂ ਕਿਸਾਨਾਂ ਦਾ ਛੋਟਾ ਜਿਹਾ ਸ਼ੋਰੂਮ ਮੈਂ ਕਹਿ ਸਕਦਾ, ਇੱਥੋਂ ਸਾਰਾ ਸਮਾਨ, ਇੱਕ ਜਿਹੜਾ ਡਿਪਾਰਟਮੈਂਟਲ ਸਟੋਰ ਕਹਿ ਸਕਦੇ ਹਾਂ, ਸਾਰਾ ਸਮਾਨ ਕਰਿਆਨੇ ਦਾ ਸਮਾਨ ਮਿਲ ਰਿਹਾ। ਤਾਂ ਪ੍ਰਧਾਨ ਜੀ, ਕੀ ਸਮਾਨ ਫਿਰ ਅੱਜ ਪ੍ਰੋਸੈਸ ਕਰਕੇ ਆਪ ਆਪਣਾ ਵੇਚ ਰਹੇ ਹੋ ਤੁਸੀਂ? ਇਹ ਅਸੀਂ ਕੋਈ 21-22 ਸਾਲ ਤੋਂ ਅਸੀਂ ਇਹ ਕੰਮ ਕਰਕੇ ਕਰ ਰਹੇ ਹਾਂ। ਫਿਰ ਉਹ ਪ੍ਰੋਸੈਸ ਕਰਕੇ, ਸਾਫ਼ ਸੁਥਰੀ ਕਰਕੇ, ਫਿਰ ਪੈਕਿੰਗ ਕਰਕੇ, ਫਿਰ ਅਸੀਂ ਆਪਣੇ ਵੇਚ ਰਹੇ ਹਾਂ। ਜ਼ਿਕਰ ਕਰ ਰਿਹਾ ਸੀ ਵੀ ਜ਼ਰੂਰੀ ਨਹੀਂ ਕਿਸਾਨ ਧਰਨਾ ਲਾਉਣ ਦੇ ਲਈ ਸੜਕ ਦੇ ਕੰਢੇ ਆਉਣ ਜਾਂ ਸੜਕ ਦੇ ਉੱਤੇ ਆਉਣ, ਜੇ ਵਾਕਿਆ ਇੱਦਾਂ ਪੈਕਟਾਂ ਦੇ ਵਿੱਚ ਬਣਾ ਕੇ ਆਪਣਾ ਮਾਰਕਾ ਲਾ ਕੇ ਸੜਕ ਦੇ ਕੰਢੇ ਵੇਚਣ, ਤਾਂ ਮਰ ਨਹੀਂ ਸਕਦਾ? ਬਿਲਕੁਲ, ਦੇਖੋ ਜੇ ਕੰਮ ਕਰਨਾ ਹੋਵੇ ਨਾ ਤਾਂ ਸਾਰਾ ਕੰਮ ਜਿਹੜਾ ਜੇ ਹੱਥੀਂ ਕੰਮ ਕਰਨਾ, ਮਿਹਨਤ ਕਰਨੀ ਆ ਤਾਂ ਉਹਦਾ ਰਿਟਰਨ ਤਾਂ ਮਿਲਦਾ ਹੀ ਆ। ਜੇ ਧਰਨੇ ਲਾਉਣ ਦਾ ਕੋਈ ਹੱਲ ਨਹੀਂ ਸਾਡਾ, ਅਤੇ ਇਹ ਆ ਮਿਹਨਤ ਕਰਾਂਗੇ ਤਦੇ ਕੁਛ ਕਮਾਵਾਂਗੇ, ਜੇ ਮਿਹਨਤ ਨਹੀਂ ਕਰਾਂਗੇ ਤਾਂ ਮੰਡੀ ਸਿੱਟਣ ਵਾਲੀ ਗੱਲ ਨਹੀਂ ਹੈਗੀ ਆ। ਇਹਨੂੰ ਅਸੀਂ ਵੇਚਦੇ ਹਾਂ, ਸੋਨਾ ਬਣਾ ਕੇ ਵੇਚੋ। ਬਸ ਸੋਨਾ ਬਣਾ ਕੇ ਵੇਚੋ। ਦੇਖੋ ਲੋਕ ਅੱਜ ਕੱਲ੍ਹ ਇਹ ਚਾਹੁੰਦੇ ਵੀ ਪਿਓਰ ਚੀਜ਼, ਹਰ ਇੱਕ ਬੰਦਾ ਪਿਓਰਟੀ ਚਾਹੁੰਦਾ, ਮਿਲਾਵਟ ਵਾਲੀ ਕੋਈ ਨਹੀਂ ਚਾਹੁੰਦਾ। ਮਿਲਾਵਟ ਪਿਓਰ ਚੀਜ਼ ਦਾ ਹਰ ਬੰਦਾ ਜਿੰਨੀ ਮਰਜ਼ੀ ਪੈਸੇ ਲਾ ਲਾ, ਉਹਨੂੰ ਪੈਸੇ ਦੇਣ ਨੂੰ ਤਿਆਰ ਆ। ਠੀਕ ਆ, ਕੋਈ ਵੀ ਬੰਦਾ ਚਾਹੁੰਦਾ ਨਹੀਂ ਵੀ ਮੈਂ ਮਾੜੀ ਚੀਜ਼ ਖਰੀਦ ਖਾਵਾਂ ਨਾ ਪਹਿਨਾਂ। ਤੋ ਇਸ ਕਰਕੇ ਸਾਡੀ ਖੂਬ ਸੰਸਥਾ ਦੀ ਮੁੱਖ ਉਦੇਸ਼ ਹੀ ਆ ਕਿ ਲੋਕਾਂ ਨੂੰ ਚੰਗਾ ਜਿਹੜਾ ਉਹ ਖਾਣ ਉਪਲਬਧ ਕੀਤਾ ਜਾਵੇ। ਬਿਲਕੁਲ, ਥੋੜ੍ਹਾ ਤੁਹਾਨੂੰ ਮੈਂ ਦੱਸ ਦੇਵਾਂ ਵੀ, ਅੱਛਾ ਜੇ ਕਿਸੇ ਨੇ ਖਰੀਦਣਾ ਆਉਣਾ ਹੋਵੇ, ਤੁਹਾਡਾ ਐਡਰੈਸ ਦੱਸ ਦਿਓ, ਆਪਣਾ ਨੰਬਰ ਜ਼ਰੂਰ ਸਾਂਝਾ ਕਰ ਦਿਓ, ਵੀ ਕਿੱਥੇ ਚੱਲ ਰਿਹਾ ਸਾਰਾ ਪ੍ਰੋਜੈਕਟ ਹੈਗਾ ਔਰ ਕੀ ਕੀ ਸੁਵਿਧਾਵਾਂ ਨੇ, ਕੈਸ਼ਲੈਸ ਵੀ ਖਰੀਦ ਸਕਦੇ ਜਾਂ ਕੈਬ ਬਾਏ ਕੈਸ਼ ਖਰੀਦ? ਹਾਂਜੀ ਸਰ, ਸਾਡਾ ਐਡਰੈਸ ਹੈ ਜੀ ਹੁਸ਼ਿਆਰਪੁਰ ਦਸੂਹਾ ਰੋਡ, ਪਿੰਡ ਘੁਗਿਆਲ, ਨੀਅਰ ਫੋਕਲ ਪੁਆਇੰਟ ਕੰਗਮਾਈ ਜੀ। ਸਾਡਾ ਨੰਬਰ ਹੈਗਾ 94-633-10-4-79। ਈਮੇਲ ਐਡਰੈਸ ਹੈਗਾ ਜੀ fepro.honey@yahoo.co.in। ਕਿਵੇਂ ਸਾਰਾ ਕੁਛ ਹੈਗਾ ਜੀ? ਬਾਕੀ ਇੱਦਾਂ ਹੈ ਜੀ, ਇਹ ਸਾਡਾ ਸੁਸਾਇਟੀ ਦਾ ਕੰਮ ਆ ਜੀ, ਭਲਾ 10 ਰੁਪਏ ਦੀ ਵੀ ਚੀਜ਼ ਆ ਪੂਰਾ ਪੱਕੇ ਬਿੱਲ 'ਤੇ ਮਿਲੂਗੀ ਜੀ। ਔਨਲਾਈਨ ਸਿਸਟਮ ਸਾਡੇ ਕੋਲ ਸਾਰੇ ਹੈਗੇ, ਕਾਰਡ ਰਾਹੀਂ ਪੇਮੈਂਟ ਵੀ ਹੋ ਸਕਦੀ ਆ, UPI ਪੇਮੈਂਟ ਵੀ ਹੋ ਸਕਦੀ ਆ ਜੀ। ਸਿਸਟਮ ਸਾਰਾ ਨਾਲ ਦੇ ਸਿਸਟਮ ਜ਼ਮਾਨੇ ਦੇ ਨਾਲ ਬਦਲਿਆ? ਹਾਂਜੀ ਹਾਂਜੀ, ਪੂਰਾ ਜ਼ਮਾਨੇ ਨਾਲ ਆਪਣੇ ਆਪ ਨੂੰ ਅਸੀਂ ਢਾਲਿਆ ਜੀ। ਪ੍ਰਧਾਨ ਜੀ, ਆਖਰੀ ਸਵਾਲ ਹੈ, ਖੁਸ਼ ਹੋ ਅੱਜ, ਕਾਮਯਾਬੀ ਮਹਿਸੂਸ ਕਰ ਰਹੇ ਹੋ ਵੀ ਕਿਸਾਨੀ ਦੇ ਵਿੱਚ ਵੀ ਹੈਗਾ ਜੇਕਰ ਤਰੀਕੇ ਬਦਲੇ ਜਾਣ ਤਾਂ? ਦੇਖੋ ਅਸੀਂ ਤਾਂ ਇਹ ਆਸ ਕਰਦੇ ਹਾਂ ਵੀ ਜ਼ਿਮੀਂਦਾਰ ਇਕੱਠੇ ਹੋ ਕੇ ਕੰਮ ਕਰਨਗੇ ਅਤੇ ਜਿਹੜਾ ਵੀ ਕੰਮ ਚਾਹੋਗੇ ਉਹ ਕੰਮ ਕਰ ਸਕਦੇ ਆ। ਕੋਈ ਵੀ ਦੁਨੀਆ ਦਾ ਇੱਦਾਂ ਕੰਮ ਨਹੀਂ ਜਿਹੜਾ ਤੁਸੀਂ ਨਹੀਂ ਕਰ ਸਕਦੇ। ਠੀਕ ਆ, ਮਨ 'ਚ ਤਮੰਨਾ ਹੋਣੀ ਚਾਹੀਦੀ ਵੀ ਅਸੀਂ ਕੰਮ ਕਰਨਾ ਔਰ ਦਿਲ ਸਾਫ਼ ਕਰਕੇ, ਪਰ ਉਹਦੇ ਵਿੱਚ ਇਹ ਨਹੀਂ ਵੀ ਅਸੀਂ ਇਹ 'ਚ ਮਿਲਾਵਟ ਤੱਕ ਕੇ ਦੇਈਏ ਜਾਂ ਕੁਛ ਵੀ ਕਰੀਏ। ਜਦੋਂ ਕਿਸੇ ਚੀਜ਼ ਨੂੰ ਪਿਓਰਟੀ ਦੇਵਾਂਗੇ, ਸਾਰਾ ਕੁਛ ਪਬਲਿਕ ਨੂੰ ਚੀਜ਼ ਅੱਛੀ ਦੇਵਾਂਗੇ ਤਾਂ ਲੋਕ ਤੁਹਾਡੇ ਨਾਲ ਜੁੜਨਗੇ। ਇਹ ਮੇਰਾ ਵੀ ਇਹ ਮੰਨਣਾ ਆ ਵੀ ਤੁਸੀਂ, ਮੈਂ ਅਸੀਂ ਚਾਹੁੰਦੇ ਜਿੱਦਾਂ ਸਾਡੀ ਸੰਸਥਾ ਇਹ ਕੰਮ ਕਰ ਰਹੀ ਆ, ਪੰਜਾਬ 'ਚ ਹੋਰ ਵੀ ਸੰਸਥਾ ਜਿਹੜੀਆਂ ਜ਼ਿਮੀਂਦਾਰ ਰਲ ਕੇ ਇੱਦਾਂ ਦੀ ਸੰਸਥਾ ਬਣਾਉਣ ਅਤੇ ਜ਼ਿਮੀਂਦਾਰ ਦਾ ਭਲਾ ਹੋ ਸਕਦਾ ਇਸ ਨਾਲ ਬਹੁਤ। ਇੱਕ ਆਖਰੀ, ਮਤੂ ਸਾਹਿਬ ਤੁਹਾਡੇ, ਤੁਸੀਂ ਸਰਕਾਰ ਦੇ ਨੁਮਾਇੰਦੇ ਹੋ, ਮੈਂ ਚਾਹੂੰਗਾ ਇੱਕ ਡਿਮਾਂਡ ਇਹਨਾਂ ਨੇ ਵੀ ਰੱਖੀ ਸੀ ਵੀ ਕੋਈ ਇੱਦਾਂ ਦਾ ਇਹਨਾਂ ਨੂੰ ਵੀ ਮਦਦ ਸਰਕਾਰ ਦੇਵੇ, ਤਾਂ ਜੋ ਕਹਿੰਦੇ ਵੀ ਔਡਰ ਤਾਂ ਅਮਰੀਕਾ ਕੈਨੇਡਾ ਤੋਂ ਆ ਰਹੇ ਨੇ ਪਰ ਵਿਧੀ ਨਹੀਂ ਪਤਾ ਲੱਗ ਰਹੀ ਵੀ ਪਹੁੰਚਾਈਏ ਕਿਵੇਂ ਮਾਲ।
ਬਿਲਕੁਲ, ਇਹ ਜਿਹੜਾ ਤੁਸੀਂ ਸਵਾਲ ਕੀਤਾ ਇਹਦੇ ਸੰਬੰਧ ਵਿੱਚ ਪਿਛਲੇ ਦਿਨ ਹੀ ਜਦੋਂ ਉਦਘਾਟਨ ਦੇ ਸਮੇਂ ਡਿਪਟੀ ਕਮਿਸ਼ਨਰ ਜੀ ਇੱਥੇ ਪਧਾਰੇ, ਉਹਨਾਂ ਦੇ ਧਿਆਨ 'ਚ ਵੀ ਇਹ ਮਸਲਾ ਲਿਆਂਦਾ ਅਤੇ ਅਸੀਂ ਇਸ ਨੂੰ ਆਪਣੇ ਜਿਹੜੇ ਡਿਪਾਰਟਮੈਂਟਲ ਹੈਗੇ ਨੇ, ਜਿਹੜੇ ਉਦਯੋਗਿਕ ਡਿਪਾਰਟਮੈਂਟ 'ਚ ਦੇਖਦੇ ਨੇ, ਉਹਨਾਂ ਦੇ ਨਾਲ ਇਹ ਗੱਲ ਉਠਾਈ ਗਈ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਿੰਨੇ ਵੀ ਅਸੀਂ ਇੱਥੇ ਸਰਕਾਰੀ ਪੱਧਰ 'ਤੇ ਮੇਲੇ ਲੱਗਦੇ ਉੱਥੇ ਵਿਸ਼ੇਸ਼ ਤੌਰ 'ਤੇ ਆਮੰਤ੍ਰਿਤ ਕਰਦੇ ਹਾਂ ਤਾਂ ਕਿ ਇਹ ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹਨੂੰ ਸ਼ੋਅ ਕਰਨ, ਜਿਸ ਸ਼ੁੱਧਤਾ ਅਤੇ ਗੁਣਵੱਤਾ ਅਤੇ ਜਿਸ ਆਧੁਨਿਕ ਤਕਨੀਕ ਦੇ ਨਾਲ ਇਹ ਨਵੀਆਂ ਚੀਜ਼ਾਂ ਪ੍ਰੋਡਿਊਸ ਕਰਦੇ ਆ, ਇਹ ਤੁਹਾਡੇ ਰਾਹੀਂ ਵੀ ਵਿਦੇਸ਼ਾਂ ਤੱਕ ਪਹੁੰਚੇਗੀ ਅਤੇ ਅਸੀਂ ਗੌਰਮੈਂਟ ਦੇ ਤੌਰ 'ਤੇ ਵੀ ਜੋ ਇਹਨਾਂ ਨੂੰ ਮਦਦ ਹੋਏਗੀ ਉਹ ਪਹੁੰਚਾਉਣ ਦੇ ਲਈ ਅਸੀਂ ਆਪਣੇ ਮੇਲਿਆਂ ਦੇ ਵਿੱਚ ਇਹਨਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੰਦੇ ਰਹਿੰਦੇ ਹਾਂ ਤਾਂ ਕਿ ਇਹ ਹਰੇਕ ਜਨ ਤੱਕ ਇਹ ਗੱਲ ਪਹੁੰਚੇ। ਠੀਕ ਹੈ ਜੀ, ਗੱਲਬਾਤ ਕਰਨ ਲਈ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ। ਬੜਾ ਕੀਮਤੀ ਸਮਾਂ, ਤੁਸੀਂ ਵੀ ਅੱਜ ਕਿਸਾਨ ਬਿਜ਼ਨਸਮੈਨ ਬਣਿਆ ਤਾਂ ਬੜੀ ਖੁਸ਼ੀ ਹੁੰਦੀ ਹੈ ਕਿ ਅੱਜ ਆਪਣੇ ਪ੍ਰੋਡਕਟ ਆਪਣੇ ਬ੍ਰਾਂਡ ਦੇ ਨਾਮ ਆਪਣੇ ਨਾਮ ਦੇ ਆਪਣੇ ਮਾਰਕੀਟ ਦੇ ਥੱਲੇ ਵੇਚ ਰਿਹਾ। ਔਰ ਇਹੀ ਵਾਹਿਗੁਰੂ ਕੀ ਅਰਦਾਸ ਹੈ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ। ਤਾਂ ਕੋਸ਼ਿਸ਼ ਸੀ ਕਿ ਜੇਕਰ ਹਰ ਪਿੰਡ ਦੇ ਵਿੱਚ ਅਜਿਹੇ ਪ੍ਰੋਜੈਕਟ ਲਗਾਏ ਜਾਣ ਤਾਂ ਪੰਜਾਬ ਦੀ ਕਿਸਾਨੀ ਅੱਜ ਵੀ ਬਚ ਸਕਦੀ ਹੈ। ਕਿਸਾਨ ਕਿਸਾਨ ਦੇ ਨਾਲ ਕਿਵੇਂ ਖੜ ਸਕਦਾ, ਅਸੀਂ ਕਿਸਾਨ ਦੇ ਨਾਲ ਕਿਵੇਂ ਖੜ ਸਕਦੇ ਹਾਂ ਜੇਕਰ ਅਸੀਂ ਫਸਲ ਦਾ ਸਹੀ ਮੁੱਲ ਪਾਉਂਦੇ ਹਾਂ। ਅਤੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਸਰਕਾਰ 'ਤੇ ਨਿਰਭਰ ਹੋਣ ਦੀ ਬਜਾਏ ਜੇਕਰ ਤੁਸੀਂ ਆਪਣੇ ਕੰਮ ਦੇ ਤਰੀਕੇ ਨੂੰ ਉਸ ਨੂੰ ਢੰਗ ਨੂੰ ਬਦਲੋਗੇ ਤਾਂ ਤੁਹਾਡੀ ਫਸਲ ਤੁਹਾਨੂੰ ਸੁੱਟਣ ਦੀ ਲੋੜ ਨਹੀਂ ਪਏਗੀ, ਕਿਉਂਕਿ ਤੁਹਾਡੀ ਫਸਲ ਘਰਾਂ ਦੇ ਵਿੱਚੋਂ ਹੀ ਸ਼ਹਿਰਾਂ ਦੇ ਲੋਕ ਵੱਡਿਆਂ ਮੁਲਕਾਂ ਦੇ ਲੋਕ ਆ ਕੇ ਖਰੀਦਣਗੇ। ਫਿਲਹਾਲ ਕੈਮਰਾਮੈਨ ਰਈਸ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ ਟੀਵੀ, ਪਿੰਡ ਕੁਗਿਆਲ।